ਹਾਜ਼ਰ ਹੈ ਜੰਚਦਾ ਵੀਚਾ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਅਰ ਸ਼ਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹੀਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਾਂ ਹਰਮਨ ਸਿੰਘ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਹਰ ਰੋਜ਼ ਦੀ ਤਰ੍ਹਾਂ ਮੌਸਮ ਦੀ ਹਾਲ ਬਿਆਨੀ ਪਹਿਲਾਂ ਮੌਸਮ ਪੰਜਾਬ ਦਾ ਬੜਾ ਸੋਹਣਾ ਹੋਣ ਵੱਲ ਵੱਧ ਰਿਹਾ ਹੈ ਵੈਸੇ ਅੱਜ ਸਵੇਰ ਦੇ ਵੇਲੇ ਦੁਆਬੇ ਦੇ ਕਈ ਹਿੱਸਿਆਂ ਵਿੱਚ ਬੇਹਦ ਧੁੰਦ ਸੀ ਤੇ ਮਾਲਵੇ ਮਾਝੇ ਤੇ ਪੁਆਦੀ ਖੇਤਰ ਦੇ ਵਿੱਚ ਕਿੱਥੇ ਕਿੱਥੇ ਕਿੰਨੀ ਕਿ ਧੁੰਦ ਸੀ ਉਹ ਸਾਡੇ ਭੈਣਾ ਵੀਰ ਦੱਸ ਸਕਦੇ ਆ ਮੈਨੂੰ ਅੱਜ ਸਵੇਰ ਦੇ ਵੇਲੇ ਜਦੋਂ ਮੈਂ ਗੁਰੂ ਘਰ ਗਿਆ ਤੇ ਮੇਰਾ ਪਿੰਡਾ ਹੈਗਾ ਲਗਭਗ 10-12 ਕਿਲੋਮੀਟਰ ਦਾ ਅੱਛਾ ਜੀ ਇੰਨੀ ਧੁੰਦ ਹਰਮਨ ਜੀ ਇੰਨੀ ਧੁੰਦ ਇੰਨੀ ਧੁੰਦ ਪਰ 11:00 ਵਜੇ ਇੰਨੀ ਸੋਹਣੀ ਧੁੱਪ ਨਿਕਲੀ ਵੀ ਇਉਂ ਲੱਗਿਆ ਵੀ ਧੁੰਦ ਤਾਂ ਹੋਣੀ ਨਹੀਂ ਪਰ ਧੁੰਦ ਸੀ ਆਥਣ ਦੇ ਵੇਲੇ ਵੀ ਠੰਡ ਹੋਊਗੀ ਤੇ ਠਾਰੀ ਬਹੁਤ ਸੀ ਸਵੇਰ ਦੇ ਵੇਲੇ ਰਾਤ ਦੇ ਵੇਲੇ ਠੰਡ ਬਹੁਤ ਆ ਪਰ ਇਸ ਧੁੱਪ ਦੇ ਕਰਕੇ ਪਾਰਾ ਤਾਂ ਨੂੰ ਚੜਿਆ ਇਹ 7 8 9 ਡਿਗਰੀਆਂ ਤੱਕ ਘਟੋ ਘਟ ਹੋ ਗਿਆ ਤੇ 13 14 ਤੱਕ ਵੱਧ ਤੋਂ ਵੱਧ ਹੋ ਗਿਆ ਤੇ ਪੰਜਾਬ ਦੇ ਵਿੱਚ ਭਾਈ ਆਉਂਦੇ 48 ਘੰਟੇ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਬਾਕੀ ਪੈਂਦਾ ਕਿ ਨਹੀਂ ਪੈਂਦਾ ਆਪਾਂ ਨੂੰ ਪੱਕਾ ਨਹੀਂ ਪਤਾ ਜੀ ਬਿਲਕੁਲ ਇਸ ਸਮਾਂ ਬਿਆਨ ਕਰੂਗਾ ਕੀ ਹੁੰਦਾ ਤੇ ਹੁਣ ਆਪਾਂ ਚਾਹੀਦੇ ਵਿਚਾਰ ਦੀ ਸਾਂਝ ਪਾਈ ਗੌਰ ਦੇ ਨਾਲ ਸੁਣਿਓ ਇਹ ਬੜਾ ਚੰਗਲਾ ਵਿਚਾਰ ਵਧੀਆ ਲੱਗੂਗਾ ਤੁਹਾਨੂੰ ਉਹਦਾ ਵਿਸ਼ਾ ਹੈਗਾ ਕਿ ਮਨੁੱਖ ਹਨ ਜਿਹੜਾ ਉਹ ਜੇਕਰ ਸੰਘਰਸ਼ ਕਰਦਾ ਰਹੇ ਜੇਕਰ ਠੋਕਰਾ ਖਾਵੇ ਤਾਂ ਗੱਲ ਫੇਰ ਬਣਦੀ ਆ ਗੁਰੂ ਨਾਲ ਸੁਣਿਓ ਹੁਣ ਕਿ ਪੱਥਰ ਦੇ ਉੱਤੇ ਜੇਕਰ ਥੌੜੀ ਤੇ ਸ਼ੇਣੀ ਨਾਲ ਵਾਰ ਕੀਤੇ ਜਾਣ ਪੱਥਰ ਦੇ ਉੱਤੇ ਜੇਕਰ ਥੌੜੀ ਤੇ ਸ਼ੇਣੀ ਨਾਲ ਵਾਰ ਕੀਤੇ ਜਾਣ ਉਹਦਾ ਫੇਰ ਹੀ ਕੋਈ ਆਕਾਰ ਬਣਦਾ ਕਦੇ ਉਹ ਮੂਰਤੀ ਬਣਦਾ ਕਦੇ ਉਹ ਕੋਈ ਚੀਜ਼ ਵਰਤੋਂ ਯੋਗ ਬਣਦਾ ਕਦੇ ਕੋਈ ਚੀਜ਼ ਬਣਦਾ ਉਦੋਂ ਤੋਂ ਪੱਥਰ ਹੀ ਆ ਨਾ ਜੀ ਉਹਨੂੰ ਰੂਪ ਦਿੱਤਾ ਜਾਂਦਾ ਥੌੜੀ ਤੇ ਸ਼ੇਣੀ ਦਾ ਵਾਰ ਉਹਨੂੰ ਰੂਪ ਦਿੰਦਾ ਉਸੇ ਤਰੀਕੇ ਦੇ ਨਾਲ ਮਨੁੱਖ ਦੇ ਵਿੱਚ ਵੀ ਨਿਖਾਰ ਉਦੋਂ ਆਉਂਦਾ ਜਦੋਂ ਠੋਕਰਾ ਖਾਂਦਾ ਜਦੋਂ ਉਹ ਡਿਗ ਡਿਗ ਕੇ ਸਵਾਰ ਹੁੰਦਾ ਹੂੰ ਜਦੋਂ ਉਹਨੂੰ ਕਹੇ ਇਧਰੋਂ 6:00 ਵਜ ਗਈ ਕਹਿੰਦੇ ਇਧਰੋਂ ਵਜ ਗਈ ਕਹਿੰਦੇ ਇਧਰੋਂ ਵਜ ਗਈ ਉਹ ਫਿਰ ਐਸਾ ਘੜਿਆ ਜਾਂਦਾ ਫਿਰ ਉਹਦੀ ਗੱਲ ਬਣਦੀ ਆ ਬਿਲਕੁਲ ਸਹੀ ਫਿਰ ਉਹ ਲੀ ਤੇ ਆਉਂਦਾ ਹੂੰ ਫਿਰ ਉਹ ਸਿਖਰ ਦੇ ਵੱਲ ਪਹੁੰਚਦਾ ਨਹੀਂ ਤਾਂ ਰਜਾਈ ਦੇ ਵਿੱਚ ਬੈਠਿਆ ਕੋਈ ਮੰਜ਼ਲ ਨਹੀਂ ਮਿਲਦੀ ਸੌਖੇ ਰਾਹ ਦੇ ਉੱਤੇ ਕੱਖ ਨਹੀਂ ਮਿਲਦਾਗਾ ਔਖੇ ਰਾਹ ਦੇ ਵਿੱਚ ਨਿਲੰਘਣਾ ਪਊਗਾ ਤਾਂ ਕੁਝ ਪਿੰਡ ਪੱਲੇ ਪਊਗਾ ਤੇ ਜਦੋਂ ਪਿੰਡ ਪੱਲੇ ਪੈ ਗਿਆ ਤੇ ਭਾਈ ਉਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲ ਕੇ ਰੱਖਣਾ ਬਚਾ ਕੇ ਰੱਖਣਾ ਉਸ ਮੁਕਾਮ ਦੇ ਉੱਤੇ ਰੱਖਣਾ ਇੱਕ ਵੱਖਰੀ ਚੁਣੌਤੀ ਹੈ ਜੀ ਬਿਲਕੁਲ ਸਹੀ ਹੈ ਕਿਸੇ ਵੀ ਮੁਕਾਮ ਦੇ ਉੱਪਰ ਪਹੁੰਚਣਾ ਉਹਨਾਂ ਔਖਾ ਨਹੀਂ ਹੁੰਦਾ ਜਿੰਨਾ ਉਹਦੇ ਤੇ ਬਣੇ ਰਹਿਣਾ ਔਖਾ ਹੁੰਦਾ ਜਦੋਂ ਤੁਸੀਂ ਕਿਤੇ ਵੀ ਪਹੁੰਚ ਜਾਂਦੇ ਹੋ ਉਸ ਥਾਂ ਦੇ ਉੱਪਰ ਕਿੰਨਾ ਚਿਰ ਤੁਸੀਂ ਸਥਿਰ ਹੋ ਏ ਮਾਇਨੇ ਰੱਖਦਾ ਸਹੀ ਤੇ ਇਸ ਲਈ ਉਹ ਜਦੋਂ ਬਹੁਤੀ ਵਾਰ ਬੰਦਾ ਹੁੰਦਾ ਜਦੋਂ ਉਹ ਕਿਸੇ ਮੁਕਾਮ ਤੇ ਪਹੁੰਚ ਜਾਂਦਾ ਨਾ ਫਿਰ ਉਹ ਡੋਲ ਜਾਂਦਾ ਹੈ ਹਾਂ ਫਿਰ ਉਹ ਥੋੜਾ ਜਿਹਾ ਉੱਥੇ ਜਾ ਕੇ ਕਹਿ ਲਓ ਹੰਕਾਰ ਜਿਹੜਾ ਉਹਦੇ ਚ ਆ ਜਾਂਦਾ ਪਰ ਜੇਕਰ ਤੁਸੀਂ ਇੰਨੀ ਉਚਾਈ ਦੇ ਉੱਪਰ ਪਹੁੰਚ ਕੇ ਤੁਹਾਡੇ ਚ ਹੰਕਾਰ ਆ ਗਿਆ ਜਾਂ ਤੁਸੀਂ ਡੋਲ ਗਏ ਤਾਂ ਫਿਰ ਉਹ ਸੁਚਾਈ ਤੇ ਪਹੁੰਚਣ ਦਾ ਕੋਈ ਫਾਇਦਾ ਨਹੀਂ ਹੰਕਾਰ ਆ ਜਾਂ ਸੋ ਮਾਰਿਆ ਬਿਲਕੁਲ ਸਹੀ ਇਹ ਜਿੱਤਾ ਗੱਲ ਦਾ ਪਤਾ ਫਿਰ ਤਾਂ ਭੱਲੇ ਬੰਨ ਲਓ ਜੇ ਨਹੀਂ ਪਤਾ ਫਿਰ ਕਿਆ ਨਾ ਕਰੋ ਹਾਂ ਬਿਲਕੁਲ ਸਹੀ ਤੇ ਹੁਣ ਮੇਰੇ ਵਾਲਾ ਚਾਹਤ ਦਾ ਵਿਚਾਰ ਹੂੰ ਟਣਾ ਸਾਹਿਬ ਕਹਿੰਦੇ ਹਕੀਕਤ ਨਾਲ ਜਦੋਂ ਸਾਹਮਣਾ ਹੋਇਆ ਅੱਛਾ ਹਕੀਕਤ ਨਾਲ ਜਦੋਂ ਸਾਹਮਣਾ ਹੋਇਆ ਤਾਂ ਪਤਾ ਲੱਗਿਆ ਕਿ ਲੋਕ ਤਾਂ ਸਿਰਫ ਗੱਲਾਂ ਤੋਂ ਹੀ ਆਪਣੇ ਸੀ ਅੱਛਾ ਜਦੋਂ ਹਕੀਕਤ ਦੇ ਨਾਲ ਸੱਚਾਈ ਦੇ ਨਾਲ ਸਾਹਮਣਾ ਹੋਇਆ ਤਾਂ ਫਿਰ ਪਤਾ ਲੱਗਾ ਵੀ ਭਾਈ ਲੋਕ ਤਾਂ ਇਕੱਲੇ ਗੱਲਾਂ ਵਾਲੀ ਸੀ ਜੀ ਸਿਰਫ ਗੱਲਾਂ ਤੋਂ ਆਪਣੇ ਸੀ ਗੱਲਾਂ ਤੋਂ ਆਪਣੇ ਸੀ ਕਹਿੰਦੇ ਸੀ ਵੀ ਨਾਲ ਆ ਤੇਰੇ ਛੇਰ ਬਗਿਆ ਫਿਕਰ ਨਾ ਕਰੀ ਜੀ ਮੈਂ ਬਸ ਤੇਰੇ ਜਜ਼ਬਾਤ ਸਮਝਦਾ ਹੂੰ ਤੂੰ ਮੇਰਾ ਮੈਂ ਤੇਰਾ ਭਰਾ ਆਪਾਂ ਹੂੰ ਇਦਾਂ ਦੀ ਫੀਲਿੰਗ ਆ ਇਦਾਂ ਦਾ ਅਹਿਸਾਸ ਆ ਬਸ ਇਹ ਆ ਜੀ ਪਰ ਲੋਡ ਪਈ ਤੇ ਕੋਈ ਨਜ਼ਰ ਨਹੀਂ ਆਇਆ ਹਾਂ ਬਹੁਤ ਘੱਟ ਨਜ਼ਰ ਆਉਂਦੇ ਅਸਲ ਦੇ ਵਿੱਚ ਦੇਖੋ ਗੱਲ ਇਹ ਆ ਵੀ ਕਿਤੇ ਵੀ ਸਾਰੇ ਲੋਕ ਤਾਂ ਇੱਕੋ ਜਿਹੇ ਨਹੀਂ ਹੁੰਦੇ ਉਹ ਤਾਂ ਹੈ ਹੀ ਕਿਸੇ ਦੇ ਲਈ ਅਸੀਂ ਵੀ ਨਹੀਂ ਚੰਗੇ ਹੋ ਸਕਦੇ ਤੇ ਬਹੁਤੀ ਵਾਰ ਕੋਈ ਸਾਡੇ ਲਈ ਚੰਗਾ ਨਹੀਂ ਹੁੰਦਾ ਤੇ ਜਿੱਥੇ ਕਿਤੇ ਸੋਚ ਦੀ ਗਰਾਰੀ ਮਿਲ ਜੇ ਨਾ ਇਹ ਗਰਾਰੀਆਂ ਫਸਦੀਆਂ ਬਹੁਤ ਆ ਗਰਾਰੀ ਟੁੱਟ ਜਾਂਦੀ ਆ ਇਹ ਗਰਾਰੀ ਮਿਲਾ ਕੇ ਚੱਲਣਾ ਬੜਾ ਔਖਾ ਕੰਮ ਆ ਜੀ ਇਹ ਗਰਾਰੀ ਮਿਲਦੀ ਕਿਸੇ ਕਿਸੇ ਨਾਲ ਹੀ ਆ ਜੇ ਕਿਸੇ ਨਾਲ ਮਿਲ ਜੇ ਤਾਂ ਫਿਰ ਚਿਤ ਕਰਦਾ ਵੀ ਭਾਈ ਜਦੋਂ ਚਾਰ ਪਹੀਏ ਆ ਗਏ ਤੇ ਉੱਡ ਕੇ ਉਹਦੇ ਕੋਲੇ ਜਾਵਾਂ ਸਹੀ ਤੇ ਜੇ ਕਿਸੇ ਨਾਲ ਗਰਾਰੀ ਨਹੀਂ ਮਿਲਦੀ ਤਾਂ ਬੰਦਾ ਆਪ ਆਉਣਾ ਚਾਹਦਾ ਹੋਵੇ ਬੰਦਾ ਖੜਾ ਨਾ ਯਾਰ ਅੱਜ ਠੀਕ ਜੇ ਨਹੀਂ ਅੱਜ ਮੈਂ ਘਰੇ ਨਹੀਂ ਅੱਜ ਮੈਂ ਘਰੇ ਹੀ ਨਹੀਂ ਮੈਂ ਕੰਮ ਜਾਣਾ ਹੈ ਇਸ ਕਰਕੇ ਗਰਾਰੀ ਮਿਲਣ ਵਾਲੇ ਬੰਦਿਆਂ ਦੀ ਘਾਟ ਹੁੰਦੀ ਹੈ ਹਰ ਪਾਸੇ ਹੀ ਜੀ ਬਿਲਕੁਲ ਪਰ ਜਦੋਂ ਕਦੇ ਮਿਲ ਜਾਂਦੀ ਫਿਰ ਐਂ ਲੱਗਦਾ ਵੀ ਯਾਰ ਇਹਦਾ ਮੋਢਾ ਵਰਤ ਕੇ ਥੋੜਾ ਜਿਹਾ ਅੱਖ ਗਿੱਲੀ ਕਰਨੀ ਹੈ ਹਾਂ ਇਹ ਬੈਠਾ ਯਾਰ ਇਹਦੇ ਨਾਲ ਖੁਸ਼ੀ ਸਾਂਝੀ ਕਰ ਲਈ ਜੀ ਇਹ ਯਾਰ ਸੱਚੀ ਮੁੱਚੀ ਮੇਰਾ ਆਪਣਾ ਇਹ ਕਰਨ ਅਰਜਨ ਫਿਲਮਾਂ ਨੂੰ ਸੀ ਵਿਛੜੇ ਹੋਏ ਆ ਹਾਂ ਬਾਹਗ ਅਰਜਨ ਬਾਗ ਹੁਣ ਤੱਕ ਸਾਰੇ ਐਂ ਕਹਿੰਦੇ ਰਹੇ ਆ ਇਹ ਕੌਣ ਕਹਿ ਰਿਹਾ ਇਹ ਉਹ ਰੱਖੀ ਅੱਛਾ ਮੇਰੇ ਕਰਨ ਅਰਜਨ ਆਉਣਗੇ ਨਹੀਂ ਨਹੀਂ ਬਾਗ ਅਰਜਨ ਬਾਗ ਕੌਣ ਕਹਿ ਰਿਹਾ ਉਹ ਕੋਈ ਵੀ ਕਹਿ ਸਕਦਾ ਮਤਲਬ ਦੋਵੇਂ ਇਕੱਠੇ ਹੋਏ ਜੀ ਤੁਸੀਂ ਫੇਰ ਅਰਜਨ ਭਜਾਈ ਜਾਂਦੇ ਹੋ ਮਗਰ ਅਮਰੀਸ਼ਪੁਰੀ ਪਿਆ ਹੋਵੇ ਤਾਂ ਐਂ ਖੜੇ ਰਹੋ ਓਹੋ ਤੇ ਮਤਲਬ ਦੋਵਾਂ ਨੂੰ ਕੱਟਿਆਂ ਨੂੰ ਭਜਾਓ ਨਾ ਫੇਰ ਮਸਾ ਮਿਲੇ ਨੇ ਕੋਈ ਨਹੀਂ ਕਰਨ ਵੀ ਨਾਲ ਭਜੇ ਅਰਜਨ ਵੀ ਨਾਲ ਭਜੇ ਠੀਕ ਆ ਹਾਂ ਉਹ ਵੀ ਹਾਜ਼ਰ ਹੈ ਚੰਚਦਾ ਵਿਚਾਰ ਹਰਮਨਜੀਤ ਤੜਕੇ ਤੜਕੇ ਖਬਰ ਆ ਗਈ ਜੀ ਅੰਮ੍ਰਿਤਸਰ ਦੇ ਵਿੱਚ ਲੋੜਾਈ ਵਾਪਰ ਗਿਆ ਕੀ ਹੋਇਆ ਜਗੋਂ ਤੇਰਵੀ ਹੋ ਗਈ ਉੱਥੇ ਕੀ ਹੋਇਆ ਲਓ ਜੀ ਇਧਰ ਕੁੜੀ ਦੇ ਚੂੜਾ ਪਾਇਆ ਮਹਿੰਦੀ ਲੱਗੀ ਹੱਥਾਂ ਤੇ ਕਲੀਰੇ ਵੱਜੇ ਆ ਕਲੀਰੇ ਵੱਜੇ ਆ ਹਮ ਸਾਰੇ ਰਿਸ਼ਤੇਦਾਰ ਪਹੁੰਚੇ ਪਏ ਆ ਲਓ ਜੀ ਮੁੰਡੇ ਵਾਲਿਆਂ ਨੇ ਆਉਣਾ ਹੈਗਾ ਬਰਾਤ ਲੈ ਕੇ ਹਮ ਉਧਰ ਇਹ ਆਸਲਾ ਹੀ ਬੈਠੇ ਆਪਦੇ ਘਰ ਦੇ ਵਿੱਚ ਹੀ ਵੀ ਮੁੰਡਾ ਉਥੋਂ ਤੁਰ ਪਿਆ ਹੋਣਾ ਉਹਦੇ ਸੇਹਰਾ ਸਜਾਤਾ ਹੋਣਾ ਇਹਨਾਂ ਦੀ ਗੱਡੀ ਐ ਤੁਰਪੀ ਹੋਣੀ ਆ ਹੁਣ ਮੋੜ ਕੱਟ ਗਈ ਹੋਣੀ ਹੁਣ ਐਉਂ ਨੂੰ ਤੇ ਹੁਣ ਐਉਂ ਨੂੰ ਤੇ ਹੁਣ ਐਉਂ ਨੂੰ ਅਚਾਨਕ ਫੋਨ ਦੀ ਟੱਲੀ ਖੜਕਦੀ ਕਿਨੇ ਮੁੰਡਾ ਤਾਂ ਘਰੋਂ ਭੱਜ ਗਿਆ ਹੈ ਕਿਉਂ ਉਹ ਕਹਿੰਦੇ ਵੀ ਆ ਕੇ ਗੱਲ ਬਣ ਗਈ ਕੁੜੀ ਵਾਲੇ ਕਹਿੰਦੇ ਕਰਤੀ ਨੇ ਨੇ ਉਹੀ ਗੱਲ ਜਿਹੜੀ ਗੱਲ ਦਾ ਡਰ ਸੀ ਉਸ ਤੋਂ ਬਾਅਦ ਕੁੜੀ ਵਾਲੇ ਮੁੰਡੇ ਵਾਲਿਆਂ ਦੇ ਘਰੇ ਗਏ ਵੀ ਪਾਈ ਅਸੀਂ ਹਾਲਾਤ ਦਾ ਜਾਇਜ਼ਾ ਤਾਂ ਲੈ ਕੇ ਆ ਗਏ ਹੂੰ ਮੁੰਡੇ ਵਾਲੇ ਵੀ ਭੱਜ ਗਏ ਹੈ ਹਾਂਜੀ ਉਹ ਕਿਉਂ ਭੱਜ ਗਏ ਫਿਰ ਹੁਣ ਮਾਮਲਾ ਚਲਾ ਗਿਆ ਪੁਲਿਸ ਦੇ ਕੋਲੇ ਤੇ ਕਹਾਣੀ ਖੁੱਲ ਕੇ ਆ ਗਈ ਸਾਹਮਣੇ ਅਸਲ ਦੇ ਵਿੱਚ ਕੁੜੀ ਤੇ ਮੁੰਡੇ ਦੀ ਆਪਸ ਦੇ ਵਿੱਚ ਡੇਢ ਦੋ ਸਾਲ ਤੋਂ ਨੇੜਤਾ ਅੱਛਾ ਜੀ ਨੇੜਤਾ ਵੀ ਖਾਸ ਹੀ ਆ ਉਹ ਮੁੰਡਾ ਜਿਹੜਾ ਬਾਅਦ ਦੇ ਵਿੱਚ ਵਿਆਹ ਕਰਾਉਣ ਤੋਂ ਕੰਨੀ ਕਰਾਉਣ ਲੱਗ ਪਿਆ ਕਹਿੰਦਾ ਨਾ ਜਿੰਨੀ ਨੇਬ ਕੀ ਨਭਾਲੀ ਆਪਾਂ ਸੋਹਣੀ ਹੈ ਉਹ ਕਹਿੰਦੀ ਨਾ ਉਮਰਾ ਦਾ ਸਾਥ ਆ ਹਾ 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 ਜਾਣ ਨਹੀਂ ਦਿੰਦੀ ਕੀ ਬਾਤ ਹੈ ਉਹ ਬੰਦਾ ਨਹੀਂ ਸੀ ਇਹ ਭੱਜਣ ਨਹੀਂ ਦਿੰਦੀ ਹਮ ਲਓ ਜੀ ਗੱਲਬਾਤ ਤੈ ਹੋ ਗਈ ਉਹ ਵੇਖਾ ਵਿਖਾਈ ਦਾ ਕੰਮ ਵੀ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਵਿਆਹ ਦੀ ਤਰੀਕ ਬੰਨੀ ਸੀ ਪਿਛਲੇ ਬਰੇ ਦੇ ਵਿੱਚ ਮੌਕੇ ਤੇ ਮੁੱਕਰ ਗਏ ਠੀਕ ਹੈ ਮੁੰਡੇ ਵਾਲਾ ਕਹਿੰਦੇ ਵੀ ਨਹੀਂ ਥੋੜਾ ਜੋੜ ਮੇਲ ਹੈ ਨੀਗਾ ਮੁੰਡਾ ਵੀ ਕਹਿੰਦਾ ਨਾ ਬਸ ਗੱਲ ਖਤਮ ਹੋ ਗਈ ਕੁੜੀ ਕਹਿੰਦੀ ਵੀ ਐ ਨਹੀਂ ਜਾਣ ਦਿੰਦੀ ਥੋੜਾ ਸੁੱਕਾ ਕਰਾਉਂ ਤਾਂ ਤੇਰੇ ਨਾਲ ਹੀ ਕਰਾਉਂ ਹੂੰ ਲਓ ਜੀ ਫੇਰ ਮੁੰਡਾ ਮਜਬੂਰ ਹੋ ਗਿਆ ਉਹ ਕਹਿੰਦਾ ਮੈਂ ਤੇਰੇ ਨਾਲ ਕਰਾਉਂਗਾ ਇੱਕ ਵਾਰੀ ਇਹਨੇ ਸਟਾਮਪ ਪੇਪਰ ਤੇ ਲਿਖ ਕੇ ਦਿੱਤਾ ਵੀ ਤੇਰੇ ਨਾਲ ਹੀ ਮੈਂ ਕਰਾਉਂਗਾ ਅੱਛਾ ਜੀ ਲਓ ਜੀ ਗੱਲ ਫੇਰ ਠੰਡੀ ਪੈ ਗਈ ਕੁੜੀ ਵਾਲੇ ਵੀ ਠੰਡੇ ਪੈ ਗਏ ਮੁੰਡੇ ਵਾਲੇ ਵੀ ਠੰਡੇ ਪੈ ਗਏ ਲਓ ਜੀ ਤਰੀਕ ਫੇਰ ਵਿੱਥਲੀ ਮੌਕੇ ਤੇ ਮੁੰਡਾ ਫੇਰ ਜਵਾਬ ਦੇ ਗਿਆ ਅੱਛਾ ਜੀ ਕਹਿੰਦਾ ਨਾ ਮੈਂ ਤਾਂ ਨਹੀਂ ਕਰਾਉਂਦਾ ਉਹ ਕਹਿੰਦੀ ਕਰਾਉਂ ਤਾਂ ਤੇਰੇ ਨਾਲ ਕਰਾਉਂ ਹਾਂ ਲੋ ਜੀ ਹੁਣ ਫੇਰ ਤਰੀਕ ਮਥਲੀ ਹੂੰ ਪਿਛਲੇ ਦਿਨਾਂ ਦੀ ਤੇ ਮੁੰਡੇ ਵਾਲੇ ਆਈ ਨਹੀਂ ਕੁੜੀ ਦੀਆਂ ਤਿਆਰੀਆਂ ਕਿਤਿਆਂ ਕਰਾਈਆਂ ਰਹਿ ਗਈਆਂ ਕੁੜੀ ਵਾਲਿਆਂ ਦੇ ਚਾਹ ਵਿਚਕਾਰ ਹੀ ਰਹਿ ਗਏ ਆ ਤੇ ਹੁਣ ਇਹ ਪੁਲਿਸ ਦੇ ਕੋਲੇ ਗੱਲ ਚਲੀ ਗਈ ਆ ਤੇ ਹੁਣ ਕਹਿੰਦੇ ਵੀ ਭਾਈ ਮੁੰਡਾ ਭਾਲਣਾ ਮੁੰਡੇ ਵਾਲੇ ਭਾਲਣੇ ਆ ਤੇ ਭਾਈ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਆ ਹੁਣ ਪਤਾ ਨਹੀਂ ਕੀ ਬਣੂਗਾ ਪਰ ਇਹ ਬੜੀ ਹੈਰਾਨੀਜਨ ਖਬਰ ਆਈ ਆ ਟੈਣਾ ਸਾਹਿਬ ਪਤਾ ਨਹੀਂ ਇਸ ਬੁੱਧੇ ਦੇ ਉੱਪਰ ਤਾਂ ਕੀ ਟਿੱਪਣੀ ਕੀਤੀ ਜਾਵੇ ਤੁਸੀਂ ਕੀ ਕਹਿੰਦੇ ਹੋ ਕੌਣ ਗਲਤ ਹੈ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੀ ਵੀ ਗੱਲ ਹੋਣੀ ਆ ਉਹ ਮਿਲ ਬੈਠ ਕੇ ਤੈਅ ਹੋਣੀ ਚਾਹੀਦੀ ਹੈ ਹਮ ਇਹਦੇ ਵਿੱਚ ਕੁੜੀ ਵਾਲਿਆਂ ਦੀ ਬੇਇੱਜ਼ਤੀ ਕਰਾਉਣ ਦਾ ਫਾਇਦਾ ਕੀ ਆ ਜਿਵੇਂ ਕਿ ਕੁੜੀ ਵਾਲਿਆਂ ਨੇ ਦੋਸ਼ ਲਾਇਆ ਹਮ ਜਿਵੇਂ ਉਹਨਾਂ ਨੇ ਗੱਲ ਕਹੀ ਆ ਉਹ ਕਹਿੰਦੇ ਸਾਡੀਆਂ ਤਿਆਰੀਆਂ ਕੀਤੀਆਂ ਕਰਾਈਆਂ ਰਹਿ ਗਈਆਂ ਰਿਸ਼ਤੇਦਾਰ ਬੁਲਾਏ ਰਹਿ ਗਏ ਸਾਡੀ ਬੇਇੱਜ਼ਤੀ ਬਹੁਤ ਹੋਈ ਹੈ ਸਾਡੇ ਸਨਮਾਨ ਤੇ ਸੱਟ ਵੱਜੀ ਆ ਜੇਕਰ ਭਾਈ ਸੱਚੀ ਮੁੱਚੀ ਏਵੇਂ ਆ ਤਾਂ ਫਿਰ ਮੁੰਡੇ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਜੀ ਪਰ ਇਹਦਾ ਦੂਸਰਾ ਪੱਖ ਇਹ ਵੀ ਤਾਂ ਹੈ ਜਨਾਬ ਸਾਹਿਬ ਜੇਕਰ ਉਹ ਪਹਿਲਾਂ ਇੰਨੀ ਵਾਰ ਮੁੱਕਰ ਗਏ ਸੀ ਤੇ ਫਿਰ ਉੱਥ ਹਣਾ ਵੀ ਜੋ ਉਸ ਵੇਲੇ ਕਾਨੂੰਨੀ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਸੀ ਜਦੋਂ ਮੁੰਡਾ ਪਹਿਲਾਂ ਮੁਕਰਦਾ ਪਿਆ ਸੀਗਾ ਕਿ ਮੈਂ ਨਹੀਂ ਕਰਾਉਣਾ ਹਨਾ ਵੀ ਜੇ ਨੇੜਤਾ ਸੀਗੀ ਤੋ ਉਦੋਂ ਵਿਆਹ ਉਹਨੂੰ ਕਰਾਉਣਾ ਚਾਹੀਦਾ ਸੀ ਤੁਹਾਨੂੰ ਨੇੜਤਾ ਬਣਾਉਣ ਦਾ ਪਤਾ ਵਿਆਹ ਕਰਾਉਣ ਦਾ ਨਹੀਂ ਪਤਾ ਤੇ ਜੇ ਵਿਆਹ ਉਦੋਂ ਉਹ ਵਿਆਹ ਤੋਂ ਮੁਕਰਿਆ ਸੀ ਉਦੋਂ ਉਹਦੇ ਤੇ ਕਾਨੂੰਨੀ ਕਾਰਵਾਈ ਕਰਦੇ ਸ਼ਾਇਦ ਇੰਨਾ ਜ਼ਿਆਦਾ ਰੌਲਾ ਨਾ ਪੈਂਦਾ ਹਨਾ ਹੁਣ ਇਸ ਜ਼ਿੱਦ ਚ ਠੀਕ ਆ ਮੈਂ ਨਹੀਂ ਕਹਿ ਰਹੀ ਕੁੜੀ ਗਲਤ ਆ ਆਪਣੀ ਥਾਂ ਦੇ ਉੱਪਰ ਠੀਕ ਆ ਵੀ ਉਹਨੇ ਕਿਹਾ ਵੀ ਇੱਥੇ ਹੀ ਵਿਆਹ ਕਰਾਉਂਗੀ ਵੀ ਜਦ ਇਹਨੇ ਮੈਨੂੰ ਕਿਹਾ ਸੀ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਤੇ ਉੱਥੇ ਹੀ ਕਰਾਉਣਾ ਬਣਦਾ ਸੀ ਪਰ ਜਦੋਂ ਇੰਨੀ ਵਾਰ ਉਹ ਮੁੱਕਰ ਗਿਆ ਤੇ ਹੁਣ ਉਹ ਘਰੋਂ ਹੀ ਭੱਜ ਗਿਆ ਤੇ ਹੁਣ ਪਤਾ ਨਹੀਂ ਮੁੰਡਾ ਕੌਣ ਆ ਕੌਣ ਨਹੀਂ ਆ ਪਰ ਕੁੜੀ ਦੀ ਕਿੰਨੀ ਜ਼ਿਆਦਾ ਬੇਇੱਜ਼ਤੀ ਹੋਈ ਪਰ ਤੁਹਾਨੂੰ ਇਹਦੇ ਲੱਗਦਾ ਵੀ ਪਿਛਲੇ ਕੁਝ ਕੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਵਿਆਹ ਦੇ ਨਾਲ ਜੁੜੀਆਂ ਅਵਲੀਆਂ ਖਬਰਾਂ ਆਉਂਦੀਆਂ ਸਹੀ ਹੈ ਕਿਤੇ ਤਾਂ ਰਸਗੁੱਲਿਆਂ ਦੇ ਪਿੱਛੇ ਪਲੇਟਾਂ ਤੋੜ ਦਿੰਦੇ ਆ ਹੂੰ ਕਿਤੇ ਡੀਜੇ ਦੇ ਉੱਤੇ ਨੱਚਦੇ ਨੱਚਦੇ ਗੋਲੀਆਂ ਚਲਾ ਦਿੰਦੇ ਆ ਕਿਤੇ ਐਨ ਮੌਕੇ ਦੇ ਉੱਤੇ ਕੁੜੀ ਦਿਖਾਈ ਹੋਰ ਹੁੰਦੀ ਵਿੱਚੋਂ ਕੋਈ ਹੋਰ ਨਿਕਲਦੀ ਆ ਵੀ ਇਹੋ ਜੀਆਂ ਖਬਰਾਂ ਕਰੇ ਕਰੇ ਹੈਰਾਨ ਕਰ ਦਿੰਦੇਗਾ ਵੀ ਭਾਈ ਗੱਲ ਪੈਲਸ ਤੋਂ ਸ਼ੁਰੂ ਹੁੰਦੀ ਹੈ ਤੇ ਥਾਣੇ 'ਚ ਜਾ ਕੇ ਮੁੱਕਦੀ ਆ ਜੀ ਬਿਲਕੁਲ ਨਾਲੇ ਟੈਣਾ ਸਾਹਿਬ ਗੱਲ ਇਹ ਆ ਨਾ ੱੱੱਕੇ ਨਾਲ ਕਦੇ ਨਹੀਂ ਰਿਸ਼ਤੇ ਨਿਭਦੇ ਹੁੰਦੇ ਕੋਈ ਬੰਦਾ ਜੇ ਸੋਚੇ ਜ਼ਿੱਦ ਦੇ ਉੱਤੇ ਅੜ ਕੇ ਵੀ ਮੈਂ ਰਿਸ਼ਤਾ ਨਭਾ ਲਵਾਂ ਇਹ ਕਦੇ ਨਹੀਂ ਹੁੰਦਾ ਰਿਸ਼ਤਾ ਉਦੋਂ ਹੀ ਨਿਭਦਾ ਹੈ ਜਦੋਂ ਦੋਵੇਂ ਧਿਰਾਂ ਚਾਹੁੰਦੀਆਂ ਹੋ ਤਾਂ ਮੈਨੂੰ ਕਦੇ-ਕਦੇ ਐਂ ਲੱਗਦਾ ਵੀ ਇਹ ਧਾਰਨਾ ਵਾ ਬਿਲਕੁਲ ਗਲਤ ਹੋ ਗਈਆਂ ਵੀ ਜੋੜੀਆਂ ਸਵਰਗ ਚ ਬਣਦੀਆਂ। ਨਾ 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 ਇਹ ਕੋਈ ਐਡੀ ਗੱਲ ਹੁਣ ਰਹਿ ਨਹੀਂ ਗਈ। ਜੀ ਅੱਜ ਦੇ ਬਦਲੇ ਹੋਏ ਪ੍ਰਸੰਗ ਦੇ ਵਿੱਚ ਜੋੜੀਆਂ ਇੱਥੇ ਬਣ ਜਾਣ ਕਿਤੇ ਹੋਰ ਬਣ ਜਾਣ ਇੱਥੇ ਹੀ ਸਵਰਗ ਆ। ਜੋੜੀਆਂ ਲੱਭਣੀ ਤਾਂ ਔਖੀ ਐ। ਜੋੜੀ ਤਾਂ ਉਹ ਹੋਈ ਨਾ ਜਿਨ੍ਹਾਂ ਦੀ ਆਪਸ ਚ ਨਿਭਦੀ ਐ ਤੇ ਜੋੜੀਆਂ ਹੀ ਤਾਂ ਲੱਭਣੀਆਂ ਔਖੀਆਂ ਨੇ। ਕਦੇ ਵੀ ਇੱਕ ਵਾਰੀ ਇੱਕ ਬੰਦਾ ਆਪਦੀ ਘਰ ਵਾਲੀ ਤੋਂ ਬੜਾ ਪਰੇਸ਼ਾਨ ਸੀਗਾ। ਹੂੰ ਤੇ ਉਹਦੀ ਚਲੋ ਮੌਤ ਹੋ ਗਈ। ਮੌਤ ਹੋ ਗਈ ਉੱਤੇ ਚਲਾ ਗਿਆ। ਹੂੰ ਉਹਨੂੰ ਸਵਰਗ ਦਾ ਬੂਹਾ ਖੋਲਤਾ ਅੱਛਾ ਜੀ ਤੇ ਉਹ ਐ ਫਿਰੇ ਲੱਭਦਾ ਐ ਕਰਕੇ ਕਦੇ ਕੋਈ ਤਾਕੀ ਖੋਲ ਲੇ ਕਦੇ ਕਦੇ ਪਰੀਆਂ ਦੇ ਪਿਛਲੇ ਪਸੇ ਜਾ ਕੇ ਦੇਖੇ ਐ ਕਰਕੇ ਹਾਂ ਕਦੇ ਕੁਛ ਤੇ ਕਦੇ ਕੁਛ ਕਦੇ ਕਹੇ ਯਾਰ ਮੈਂ ਉਧਰ ਜਾ ਕੇ ਵੇਖਾਂ ਏਸੀ ਵਾਲੇ ਕਮਰੇ ਦੇ ਵਿੱਚ ਹੂੰ ਕਰੇ ਜਾ ਕੇ ਉਧਰ ਦੇਖਾਂ ਕਦੇ ਕਿਸੇ ਦੇ ਸਟੂਡੀਓ ਤੋਂ ਵੜ ਜੇ ਕੁਝ ਵੀ ਹੁੰਦਾ ਰਿਹਾ ਅੱਛਾ ਸਵਰਗ 'ਚ ਇਹ ਸਾਰਾ ਕੁਝ ਵੀ ਸੀ ਉੱਥੇ ਵੀ ਪ੍ਰੋਗਰਾਮ ਚੱਲਦੇ ਹੋਣੇ ਆ ਅੱਛਾ ਉਹ ਜੀ ਉੱਥੇ ਧਰਮਰਾਜ ਕਹਿੰਦਾ ਵੀ ਰੌਲਾ ਕੀ ਆ ਜੀ ਕਹਿੰਦਾ ਤੂੰ ਸਵਰਗ ਦੇ ਵਿੱਚ ਤੈਨੂੰ ਭਟਕਣ ਦੀ ਕਿਹੜੀ ਗੱਲੋਂ ਲੱਗੀ ਪਈ ਆ ਕਹਿੰਦਾ ਬਚਪਨ ਤੋਂ ਲੈ ਕੇ ਸੁਣਦਿਆਂ ਰਿਹਾ ਵੀ ਜੋੜੀਆਂ ਸਵਰਗ 'ਚ ਬਣਦੀਆਂ ਵੀ ਵੇਖਣਾ ਵੀ ਬਣਾਉਂਦਾ ਕੋਹੜਾ ਤੁਹਾਡੇ 'ਚੋਂ ਹਾਂ ਉਹ ਬੰਦਾ ਲੱਭਦਾ ਪਿਆ ਮੈਂ ਹਾਂ ਆਹ ਕੁਸ਼ਾ ਭਾਈ ਜੀ ਬਿਲਕੁਲ ਸੋ ਇਸ ਲਈ ਪਹਿਲਾਂ ਹੀ ਸੋਚ ਵਿਚਾਰ ਕੇ ਵਿਆਹ ਕੋਈ ਛੋਟਾ ਮੋਟਾ ਫੈਸਲਾ ਨਹੀਂ ਹੈ ਜਾਨਾ ਸਾਹਿਬ ਤੁਹਾਡੀ ਜ਼ਿੰਦਗੀ ਦਾ ਸਵਾਲ ਹੁੰਦਾ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਜੇਕਰ ਇੱਕ ਧਿਰ ਨੂੰ ਇਹ ਲੱਗਦਾ ਵੀ ੱੱੱਕੇ ਨਾਲ ਰਿਸ਼ਤਾ ਨੁਭਾ ਲਾਂਗੇ ਇਹ ਕਦੇ ਨਹੀਂ ਹੁੰਦਾ ਤੇ ਜੇਕਰ ਦੂਜੀ ਧਿਰ ਨੂੰ ਇਹ ਲੱਗਦਾ ਵੀ ਕਿਸੇ ਨੂੰ ਬੇਵਕੂਫ ਬਣਾ ਲਾਂਗੇ ਤਾਂ ਇਹ ਵੀ ਕਦੇ ਨਹੀਂ ਹੁੰਦਾ ਬਿਲਕੁਲ ਸਹੀ ਮੌਦੀ ਹਾਜ਼ਰ ਹੈ ਜੱਜ ਦਾ ਵਿਚਾਰ ਟਣਾ ਸਾਹਿਬ ਸਿਆਣੇ ਇਹ ਗੱਲ ਕਹਿੰਦੇ ਨੇ ਕਿ ਜਦੋਂ ਕੋਈ ਆਇਆ ਹੋਵੇ ਨਾ ਤਾਂ ਉਹਦੇ ਸਾਹਮਣੇ ਘੱਟੋ ਘੱਟ ਕੋਈ ਵੀ ਭੇਤ ਨਹੀਂ ਖੋਲੀਦੇ ਹੁੰਦੇ ਕਰ ਹਾਂ ਇਹ ਤਾਂ ਗੱਲ ਹੈ ਉਹਦੇ ਸਾਹਮਣੇ ਕਲੇਸ਼ ਜਿਆ ਨਹੀਂ ਕਰਨਾ ਚਾਹੀਦਾ ਉਹਦੇ ਸਾਹਮਣੇ ਲੜਨਾ ਭਿੰੜਨਾ ਨਹੀਂ ਚਾਹੀਦਾ ਉਹਦੇ ਸਾਹਮਣੇ ਪਿਆਰ ਨਾਲ ਪੇਸ਼ ਆਓ ਤੁਸੀਂ ਆਪਣੇ ਘਰ ਦੀ ਗੱਲ ਕਰ ਲਓ ਹੂੰ ਪਿੰਡ ਦੀ ਪੰਚਾਇਤ ਦੀ ਗੱਲ ਕਰ ਲਓ ਪਿੰਡ ਚ ਕਈ ਧੜੇ ਬਣੇ ਹੋਣ ਪਰ ਜਦੋਂ ਕੋਈ ਅਫਸਰ ਆਉਂਦਾ ਤੇ ਫਿਰ ਸਾਰੇ ਜਣੇ ਸਿਆਣੇ ਬਣਦੇ ਬਿਲਕੁਲ ਜੀ ਪਿਆਰ ਭਾਈਚਾਰਾ ਬਰਕਰਾਰ ਹਾਂ ਅਸੀਂ ਨਹੀਂ ਕਦੇ ਲੜੇ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਚੰਗਾ ਹੀ ਨਹੀਂ ਲੱਗਦਾ ਬਿਲਕੁਲ ਭਾਵੇਂ ਕਿ ਅਫਸਰ ਨੂੰ ਪਤਾ ਹੋਵੇ ਵੀ ਇਸ ਪਿੰਡ ਦੇ ਵਿੱਚ ਵੰਡੀਆਂ ਕਿੰਨੀਆਂ ਉਵੇਂ ਹੀ ਘਰ ਦੀ ਤੇ ਜੀਨੇ ਵੀ ਫੋੜਾ ਚੱਕਿਆ ਹੁੰਦਾ ਉੱਥੇ ਰੱਖ ਦਿੰਦਾ ਹਮ ਆਪਾਂ ਨੇ ਕਦੇ ਲੜੇ ਨਾ ਨਾ ਪਿਆਰ ਬਹੁਤ ਹੈ ਐ ਕਰੋ ਸ਼ਿੰਦਰ ਮਮੀ ਹਮ ਜਲਦੀ ਜਲਦੀ ਵੀਰਜੀ ਵਾਸਤੇ ਨਾ ਦੁੱਧ ਪਤੀ ਲੈ ਕੇ ਆਓ ਆਏ ਆਏ ਤੇ ਮੇਰੇ ਲਈ ਗ੍ਰੀਨ ਟੀ ਲੈ ਆਇਓ ਹਾਂ ਤੇ ਸ਼ਿੰਦਰ ਦੀ ਮੰਮੀ ਵੀ ਜਾਂਦੀ ਆ ਫਟਾਫਟ ਬਣਾਉਣਾ ਉਹ ਜਾਂਦੀ ਪਟਕ ਪਟਕ ਕਰਨੀ ਚਪਲਾਂ ਦੇ ਨਾਲ ਹੁਣ ਇਹ ਆਈ ਜੀ ਅਕਰ ਕਰੇ ਚੱਕ ਕੇ ਹਾਂ ਬਿਲਕੁਲ ਤੇ ਜਦੋਂ ਚਲਾ ਜਾਣਾ ਫਿਰ ਬੋਲਿਆ ਕਿ ਵੇਸੀ ਹਾਂ ਬਿਲਕੁਲ ਫੇਕ ਜਮਾ ਦੁੱਧ ਪੱਤੀ ਦੇਖੋ ਜਾਣ ਤੋਂ ਬਾਅਦ ਜੋ ਮਰਜ਼ੀ ਕਰੀ ਜਾਓ ਅਗਲੇ ਦਿਨ ਸਾਹਮਣੇ ਤਾਂ ਇਹਨਾਂ ਮਿੱਟੀ ਪਲੀਤ ਕਰਨੀ ਚਾਹੀਦੀ ਘਰ ਦੀ ਉਦਾਂ ਤਾਂ ਕਰੋ ਹੀ ਨਾ ਕਦੇ ਹਾਂ ਇਹ ਤਾਂ ਹੋ ਹੀ ਜਾਣੀ ਹੈ ਮੇਰਾ ਮਤਲਬ ਕਹਿਣ ਦਾ ਇਹ ਵੀ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਵਾਪਰਦਾ ਹੀ ਰਹਿੰਦਾ ਇਹੋ ਜਿਹਾ ਕੁਝ ਵੀ ਇਹਦੇ ਲਈ ਖੇਚਲ ਨਾ ਕਰੋ ਹੁਣ ਕਾਂਗਰਸਗਾਂ ਨੂੰ ਵੀ ਇਹ ਗੱਲ ਸਿੱਖਣੀ ਚਾਹੀਦੀ ਹੈ ਪਤਾ ਨਹੀਂ ਕਦੋਂ ਸਿੱਖਣਗੇ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਪੰਜਾਬ ਦੇ ਵਿੱਚ ਹਾਂ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਗਏ। ਹੂੰ ਇੱਥੇ ਅਸਲ ਵਿੱਚ ਉਹ ਵਰਕਰਾਂ ਦੀ ਨਬਜ਼ ਟੋਣ ਵਾਸਤੇ ਆਏ ਆ। ਜੀ। ਨਿਤਾਵਾਂ ਦੇ ਏਕੇ ਬਾਰੇ ਜਾਨਣਾ ਆਏ। ਵੈਸੇ ਤਾਂ ਉਹਨਾਂ ਨੂੰ ਪਤਾ ਹੀ ਸੀ ਇੱਥੇ ਆਉਣ ਤੋਂ ਪਹਿਲਾਂ ਵੀ ਏਕਾ ਕਿੰਨਾ ਕੁ ਚੱਲ ਰਿਹਾ। ਹੂੰ ਸਾਰੇ ਜਣੇ 29 ਤਰੀਆਂ ਦੇ ਕਿਲਾ ਬਸ ਵੜਾਂਗਾ ਚਲੀ ਜਾਂਦਾ। ਸ਼ਬਦਕ ਤੌਰ ਤੇ ਕੋਈ ਕਿਨੂੰ ਨੁਕਸਾਨ ਪਹੁੰਚਾਉਂਦਾ? ਕੋਈ ਕਿਨੂੰ ਨੁਕਸਾਨ ਪਹੁੰਚਾਉਂਦਾ? ਲੋ ਜੀ ਉੱਥੇ ਜਿਹੜੇ ਓਪੀ ਸੋਨੀ ਸਾਹਿਬ ਆ ਸਾਬਕਾ ਡਿਪਟੀ ਸੀਐਮ ਉਹਨਾਂ ਦੇ ਸਮਰਥਕਾਂ ਨੇ ਇਹ ਗੱਲ ਕਹਤੀ ਵੀ ਐਤਕੀ ਹਿੰਦੂ ਚਿਹਰੇ ਨੂੰ ਇਥੋ ਟਿਕਟ ਦੇਣੀ ਚਾਹੀਦੀ ਆ। ਠੀਕ ਹੈ ਤੇ ਗੁਰਜੀਤ ਸਿੰਘ ਔਜਲਾ ਉੱਥੋਂ ਦੇ ਵਰਤਮਾਨ ਸੰਸਦ ਮੈਂਬਰ ਆ ਉਹਨਾਂ ਦੇ ਸਮਰਥਕ ਕਹਿੰਦੇ ਵੀ ਐ ਕਿਵੇਂ ਦੇਣੀ ਚਾਹੀਦੀ ਆ ਹੂੰ ਸੋਨੀ ਸਾਹਿਬ ਦੇ ਸਮਰਥਕ ਕਹਿੰਦੇ ਵੀ ਐਤਕੀ ਤਾਂ ਹਿੰਦੂ ਭਾਈਚਾਰੇ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਇੱਥੋਂ ਹੂੰ ਹਰ ਵਾਰ ਸਾਨੂੰ ਤੁਸੀਂ ਇਗਨੋਰ ਕਰਦੇ ਹੋ ਅਣਦੇਖਿਆ ਕਰ ਦਿੰਦੇ ਹੋ ਔਜਲਾ ਸਾਹਿਬ ਦੇ ਸਮਰਥਕ ਕਹਿੰਦੇ ਲੈ ਫਿਰ ਐ ਕਿਵੇਂ ਹੋ ਜੂਗਾ ਲਓ ਜੀ ਇਸ ਤੋਂ ਬਾਅਦ ਕਹਿੰਦੇ ਵੀ ਉੱਥੇ ਤੱਕੇ ਤੱਕੇ ਚੱਲੇ ਦਵਿੰਦਰ ਯਾਦਵ ਕਹਿੰਦੇ ਆਪ ਬੈਠ ਤੋਂ ਜਾਈਏ ਨਾ ਪਰ ਬੈਠ ਤੋਂ ਜਾਈਏ ਅਬੀ ਉਹ ਕਿਹੜਾ ਟਿਕਟ ਵੰਡਣ ਆਏ ਸੀ ਹਾਂ ਉਹ ਤਾਂ ਨਬਜ਼ ਟੋਣ ਆਏ ਸੀ ਭਾਈਚਾਰਕ ਸਾਂਝ ਵੇ ਉਹਨਾਂ ਨੂੰ ਪਤਾ ਵੀ ਕਿੰਨਾ ਜਲਵਾ ਪੇਸ਼ ਕਰਦੇ ਆਪਾਂ ਬਿਲਕੁਲ ਸਹੀ ਹੈ ਪਤਾ ਨਹੀਂ ਟੈਣਾ ਸਭ ਕਦੋਂ ਅਸੀਂ ਇਹਨਾਂ ਗੱਲਾਂ ਵਾਲੇ ਵੀ ਵਿਚਾਰ ਕਰਾਂਗੇ ਵੀ ਇੱਕ ਤਾਂ ਆਹਾ ਜਿਹੜੀ ਜਾਤ ਤੇ ਧਰਮ ਦੀ ਗੱਲ ਸਾਡੇ ਦਿਮਾਗਾਂ ਦੇ ਵਿੱਚ ਬੈਠੀ ਹੋਈ ਹੈ ਨਾ ਪਤਾ ਨਹੀਂ ਕਦੋਂ ਅਸੀਂ ਇਹਦੇ ਵਿੱਚੋਂ ਨਿਕਲਾਂਗੇ ਬਿਲਕੁਲ ਉਹ ਕਹਿੰਦੇ ਜੀ ਕਿ ਔਜਲਾ ਸਾਹਿਬ ਕਹਿੰਦੇ ਵੀ ਗੱਲ ਕੀ ਹੈ ਇਹਦੇ ਚ ਤੁਸੀਂ ਸਾਰੇ ਜਣੇ ਸ਼ਾਂਤ ਰਹੋ ਵੀ ਇਹ ਕਿਹੜੇ ਟਕ ਟਵੰਡਣ ਆਏ ਆ ਉਹ ਦੂਜੇ ਕਹਿੰਦੇ ਵੀ ਯਾਰ ਐਵੇਂ ਕਿਵੇਂ ਹੋ ਜਾਊਗਾ ਹਰ ਵਾਰ ਤੁਸੀਂ ਐ ਨਹੀਂ ਹੁੰਦਾਗਾ ਯਾਦਵ ਸਾਹਿਬ ਵੀ ਕਹਿੰਦੇ ਯਾਰ ਹਾਦੀ ਹੋ ਗਈ ਜਿੱਧਰ ਜਾਣੇ ਆ ਪਹਿਲਾਂ ਨਵਾਂ ਸ਼ਹਿਰ ਗਿਆ ਸੀ ਉੱਥੇ ਨਵੀਆਂ ਨਵੀਆਂ ਚੀਜ਼ਾਂ ਵੇਖੀਆਂ ਹੁਣ ਮੈਂ ਇੱਧਰ ਆਇਆ ਇੱਥੇ ਨਵੀਆਂ ਨਵੀਆਂ ਚੀਜ਼ਾਂ ਅਸੀਂ ਇਹ ਗੱਲ ਕਹਿੰਦੇ ਵੀ ਭਾਈ ਜੋਸ਼ ਹੈ ਨਹੀਂ ਗਾਏ ਤਾਂ ਜੋਸ਼ ਦੇ ਵਿੱਚ ਲੀੜੇ ਪਾੜਦੇ ਆ ਡੋਲ ਡੋਲ ਪੈ ਰਿਹਾ ਜੋਸ਼ ਹਾਂ ਉਧਰ ਕਹਿੰਦੇ ਪਹਿਲਾਂ ਮਨੀਸ਼ ਤਵਾੜੀ ਨੂੰ ਟਿਕਟ ਨਹੀਂ ਲੈਣੀ ਜੀ ਦੂਜੀ ਤਰ੍ਹਾਂ ਕਹਿੰਦੇ ਤੁਸੀਂ ਲੈ ਕੇ ਦਿਖਾ ਦਿਓ ਫਿਰ ਹਾਂ ਉਹ ਕਹਿੰਦੇ ਯਾਰ ਚੋਣਾਂ ਲਈ ਕਿਹੜੇ ਪਰਸੋਂ ਆ ਇਹ ਗੱਲ ਸੁਣਿਆ ਵੀ ਕਰੋ ਨਾ ਪੁੱਤ ਮੈਨੂੰ ਲੱਗਦਾ ਦਵਿੰਦਰ ਯਾਦਵ ਹੋਰਾਂ ਨੇ ਆਪ ਹੀ ਹਾਈ ਕਮਾਂਡ ਨੂੰ ਕਹਿੰਦਾ ਵੀ ਮੈਂ ਨਹੀਂ ਕਿਤੇ ਜਾਇਆ ਕਰਨ ਹਾਂ ਇਹ ਜਿੱਥੇ ਜਾ ਉੱਥੇ ਲੜ ਪੈਂਦੇ ਨੇ ਵੀ ਮੈਂ ਤਾਂ ਸਿਰ ਪੰਜ ਬੰਦਾਂ ਨੂੰ ਮਿਲਿਆ ਕਰਨਾ ਥਣ ਦੇ ਵਿੱਚ ਉਹ ਮੇਰੇ ਕੋਲ ਜੱਲੀ ਆ ਜਾਣ ਪਟਾਣਾ ਸਾਹਿਬ ਉਹ ਪੰਜ ਵੀ ਆਪਸ ਦੇ ਵਿੱਚ ਇਕੱਠੇ ਹੋਣਗੇ ਤਾਂ ਨਾ ਜਿਸ ਹਿਸਾਬ ਦੇ ਨਾਲ ਵੰਡੀਆਂ ਪਈਆਂ ਹੋਈਆਂ ਮੈਨੂੰ ਤਾਂ ਪੰਜ ਵੀ ਇਕੱਠੇ ਕਰਨੇ ਔਖੇ ਲੱਗ ਰਹੇ ਸਹੀ ਆ ਉਹਦੇ 'ਚ ਵੀ ਕੋਈ ਨਾ ਕੋਈ ਇੱਕ ਅੱਧਾ ਐਸਾ ਹੋਊਗਾ ਜਿਹੜਾ ਕਹੂਗਾ ਮੇਰੀ ਗੱਲ ਮੰਨੀ ਨਹੀਂ ਜਾਂਦੀ ਮੇਰੀ ਬੇਨਤੀ ਆ ਕਾਂਗਰਸਗਾਂ ਨੂੰ ਵੀ ਤੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵਹਿਤਾ ਹੈ ਹੀ ਪੰਜਾਬ ਦੀ ਰਾਜਨੀਤਿਕ ਕਲਿੱਪ ਵਾਇਰਲ ਹੂੰ ਵੀ ਭਾਈ ਜਾਂ ਤੱਕ ਕੋਈ ਵੀਡੀਓ ਕੱਢ ਲਿਓ ਜਿਹੜੀ ਕਿਸੇ ਨੂੰ ਦਿਖਾਉਣੀ ਨਹੀਂ ਚਾਹੁੰਦਾ ਉਹ ਤੇ ਜਾਂ ਤੁਸੀਂ ਆਪ ਦੀ ਵੀਡੀਓ ਐਸੀ ਬਣਾ ਕੇ ਪੇਸ਼ ਕਰ ਦਿਓ ਵੀ ਭਾਈ ਇਹ ਬੰਦਾ ਸਿਰਾਂ ਲਾਉਂਦਾ ਗੱਲਾਂ ਦੇ ਵਿੱਚ ਤੇ ਜਾਂ ਫਿਰ ਤੁਹਾਡੀ ਲੜਦਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਬਿਲਕੁਲ ਥੋੜਾ ਜਿਹਾ ਬਚੋ ਇਹਨਾਂ ਗੱਲਾਂ ਤੋਂ ਲੋਕ ਜਿੱਥੇ ਚਾਰ ਬੰਦੇ ਬੈਠਦੇ ਆ ਉਹ ਇਹ ਗੱਲ ਕਹਿੰਦੇ ਪੰਜਾਬ ਵਿਚ ਆ ਰਹੇ ਹੋਵੇ ਇਹ ਬਦਲਾ ਲੈ ਕੇ ਆ ਰਹੇ ਸੀ ਹਾਂ ਇਹ ਕਹਿੰਦੇ ਵੀ ਕਮਾਲ ਕਰਾਂਗੇ ਉਹ ਕਹਿੰਦਾ ਅਬ ਹੋਈ ਤੇ ਜਾਂਦਾ ਆ ਵੀ ਕਰਨ ਲੱਗਾ ਵੇ ਓ ਬਨੇ ਕਲਰ ਫੜਨ ਦੀ ਉਹਦੀ ਬਿਲਕੁਲ ਸਹੀ ਤੇ ਬਦਲਾ ਲੈ ਕੇ ਹੋਂ ਲਗਾ ਕਮਾਲ ਕਰੀ ਜਾਂਦਾ ਹਟ ਜਾ ਤਲ ਜਾ ਤਲ ਜਾ ਬਹੁਤ ਨੁਕਸਾਨ ਹੋ ਗਿਆ ਤੇ ਆਪਾਂ ਜੇ ਹੁਣ ਨਹੀਂ ਸਬਕ ਸਿੱਖੇ ਜੀ ਤੇ ਫਿਰ ਐਨਾ ਕਿਆ ਕਰੋ ਵੀ ਭਾਈ ਅਸੀਂ ਸ਼ੁਰੂ ਤੋਂ ਹੀ ਸੰਘਰਸ਼ ਹੀ ਆ ਸੰਘਰਸ਼ ਕਰਦੇ ਹਾਂ ਹਾਂ ਤੇ ਬਾਅਦ ਦੇ ਵਿੱਚ ਕਹਿੰਦੇ ਹੁੰਦੇ ਅਸੀਂ ਮੰਥਨ ਕਰਾਂਗੇ ਚਿੰਤਨ ਕਰਾਂਗੇ ਕੋਈ ਫਾਇਦਾ ਨਹੀਂ ਹੋਣਾ ਚਿੰਤਾ ਹੁਣ ਕਰੋ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਟੇਣਾ ਸਾਹਿਬ ਕੱਲ੍ਹ ਕਹਿੰਦੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ। ਬਿਲਕੁਲ ਜੀ ਗੱਲ ਇਹ ਆ ਕਿ ਚੌਥਾ ਪਰਚਾ ਭਾਨਾ ਸਿੱਧੂ ਦਾ ਦਰਜ ਹੋ ਗਿਆ। ਉਹਦੇ ਭਰਾ ਦੇ ਉੱਤੇ ਵੀ ਦਰਜ ਹੋਇਆ। ਜੀ। ਮੋਹਾਲੀ ਦੇ ਥਾਣੇ ਦੇ ਵਿੱਚ ਦਰਜ ਹੋਇਆ। ਇੱਕ ਏਜੰਟ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪਰਚਾ ਦਰਜ ਹੋਇਆ। ਭਾਨਾ ਸਿੱਧੂ ਇਸ ਵੇਲੇ ਪੁਲਿਸ ਦੇ ਕੋਲ ਆ। ਭਵਿੱਖ ਦੇ ਵਿੱਚ ਕੀ ਹੋਊਗਾ ਇਹ ਕਾਨੂੰਨ ਜਾਣੇ ਪੁਲਿਸ ਜਾਣੇ ਸਰਕਾਰ ਜਾਣੇ ਇਹਦੇ ਬਾਰੇ ਤਾਂ ਅਸੀਂ ਜਾਣਦੇ ਨਹੀਂ। ਸਹੀ। ਪਰ ਕੋਟ ਦੁਨਾ ਪਿੰਡ ਦੇ ਵਿੱਚ ਇਕੱਠ ਖਾਸਾ ਹੋਇਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਇਆ। ਉਥੇ ਲੱਖਾ ਸਧਾਨਾ ਨੇ ਇਹ ਗੱਲ ਕਹੀ ਆ ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਆ ਬਾਕੀਆਂ ਨੇ ਇਹ ਗੱਲ ਕਹੀ ਆ ਕਿ ਅਸੀਂ ਭਾਈ ਜ਼ੁਲਮ ਨਹੀਂ ਹੋਣ ਦੇਵਾਂਗੇ ਅਸੀਂ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਦਬੜ ਨਹੀਂ ਦੇਵਾਂਗੇ ਤੇ ਅਸੀਂ ਭਵਿੱਖ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਰਣਨੀਤੀ ਉਲੀਕੀ ਆ ਜੀ ਬਿਲਕੁਲ ਔਰ ਇਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵੀ ਤਰ੍ਹਾਂ-ਤਰ੍ਹਾਂ ਦੀ ਜਿਹੜੀ ਪ੍ਰਤੀਕਿਰਿਆ ਉਹ ਸਾਹਮਣੇ ਆ ਰਹੀ ਹੈ ਟਾਣਾ ਸਾਹਿਬ ਅ ਲੋਕ ਜਿਹੜੇ ਨੇ ਉਹ ਕੁਝ ਕੁ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਨੇ ਕੁਝ ਕੁ ਜਿਹੜੇ ਨੇ ਉਹ ਹੋਰ ਗੱਲਾਂ ਵੀ ਕਰ ਰਹੇ ਨੇ ਇਹ ਸਮਾਂ ਬਿਆਨ ਕਰੂਗਾ ਕੀ ਸਹੀ ਹੈ ਕੀ ਨਹੀਂ ਪਰ ਫਿਲਹਾਲ ਜੇ ਆਪਾਂ ਕੋਟ ਦੁਣਾ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਇਕੱਠ ਹੋਇਆ ਉਹਨੇ ਬਹੁਤ ਕੁਝ ਸਾਬਤ ਜ਼ਰੂਰ ਕਰਤਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕਿਹੜੇ ਆਲੇ ਪਾਸੇ ਨੂੰ ਹੈ ਬਿਲਕੁਲ ਅਗਲੀ ਗੱਲ ਇਹ ਆ ਵੀ ਇਸ ਮਾਮਲੇ ਦੇ ਉੱਥੇ ਰਾਜਨੀਤਿਕ ਪਾਰਟੀਆਂ ਵੀ ਇੱਕ ਦੂਜੇ ਦੇ ਮੂੰਹ ਦੇ ਬਲੇ ਦੇਖ ਰਹੀਆਂ ਵੀ ਕੌਣ ਕਿਹੜੇ ਪਾਸੇ ਨੂੰ ਭੁਗਤ ਰਿਹਾ ਕੌਣ ਕੀ ਗੱਲ ਕਹਿ ਰਿਹਾ ਤੇ ਕੌਣ ਕੀ ਗੱਲ ਨਹੀਂ ਕਹਿ ਰਿਹਾ ਦੇਖੋ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਸਭ ਨੂੰ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਆ ਦੁਰਵਰਤੋਂ ਨਹੀਂ ਬਿਲਕੁਲ ਦੂਜੀ ਗੱਲ ਇਹ ਆ ਕਿ ਗਾਲ-ਦੁੱਪੜ ਕੋਈ ਕਿਸੇ ਨੂੰ ਵੀ ਕੱਢੇ ਇਹ ਨਿੰਦਣਯੋਗ ਆ ਇਹਦੇ ਚ ਭਾਈਚਾਰਕ ਸਾਂਝ ਨੂੰ ਪੀੜਾ ਕਰਨ ਵਾਲੀ ਗੱਲ ਨਹੀਂ ਜੇਕਰ ਅਸੀਂ ਕਿਸੇ ਦੇ ਖਿਲਾਫ ਅੱਗ ਕੱਢਦੇ ਆ ਸਹੀ ਤੀਜੀ ਗੱਲ ਇਹ ਆ ਵੀ ਕਿਸੇ ਦੇ ਉੱਤੇ ਵੀ ਜ਼ੁਲਮ ਨਹੀਂ ਹੋਣਾ ਚਾਹੀਦਾ ਤੇ ਚੌਥੀ ਗੱਲ ਇਹ ਆ ਵੀ ਲੋਕਾਂ ਦੇ ਰੋਹ ਦੇ ਅੱਗੇ ਸਰਕਾਰਾਂ ਨੂੰ ਮੰਨ ਜਾਣਾ ਚਾਹੀਦਾ ਇਹ ਗੱਲਾਂ ਸਾਰੀਆਂ ਬਰਾਬਰ ਦੀਆਂ ਹੈਗੀਆਂ ਸੋ ਆਉਂਦੇ ਸਮੇਂ ਦੇ ਵਿੱਚ ਕੀ ਹੋਊਗਾ ਇਹ ਤਾਂ ਵਕਤ ਨੇ ਬਿਆਨ ਕਰਨਾ ਪਰ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਦੇਸ਼ ਦੁਨੀਆ ਚ ਚਰਚਾ ਚੱਲੀ ਆ ਵੀ ਭਾਈ ਆ ਪੰਜਾਬ ਦੇ ਵਿੱਚ ਹੋਈ ਕੀ ਕੀ ਜਾਂਦਾ ਤੇ ਇਹ ਕੁਝ ਕਿਉਂ ਹੋਈ ਜਾਂਦਾ ਧੱਕਾ ਤਾਂ ਕਿਸੇ ਨਾ ਵੀ ਨਹੀਂ ਹੋਣਾ ਚਾਹੀਦਾ ਟਾਣਾ ਸਭ ਚਾਹੇ ਕੋਈ ਮਸ਼ਹੂਰ ਆ ਚਾਹੇ ਨਹੀਂ ਮਸ਼ਹੂਰ ਚਾਹੇ ਕੋਈ ਆਮ ਬੰਦਾ ਚਾਹੇ ਕੋਈ ਵੀ ਆ ਚਾਹੇ ਕੋਈ ਖਾਸ ਆ ਤੱਕਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਕੋਈ ਤੱਕਾ ਕਰੇ ਕਿਉਂਕਿ ਇੱਕ ਸਮਾਂ ਹੁੰਦਾ ਜਣਾ ਸਾਹਿਬ ਚਾਹੇ ਤਾਂ ਮੈਂ ਲੋਕਾਂ ਦੀ ਗੱਲ ਕਰਨਾ ਚਾਹੇ ਸਰਕਾਰਾਂ ਦੀ ਗੱਲ ਕਰਾਂ ਸਮੇਂ ਨੇ ਸੱਚ ਸਾਹਮਣੇ ਲੈ ਆਉਣਾ ਸਮੇਂ ਨੇ ਸਭ ਕੁਝ ਬਿਆਨ ਕਰ ਦੇਣਾ ਤੁਸੀਂ ਇੱਕ ਦਿਨ ਤੱਕਾ ਕਰ ਲੋਗੇ ਦੋ ਦਿਨ ਕਰ ਲੋਗੇ ਇੱਕ ਨਾ ਇੱਕ ਦਿਨ ਤਾਂ ਗੱਲ ਜਿਹੜੀ ਉਹ ਸਾਫ਼ ਹੋ ਜਾਣੀ ਹੈ ਕਿ ਕਿਹੜੀ ਧਰ ਗਲਤ ਸੀ ਕਿਹੜੀ ਧਰ ਸਹੀ ਹੈ ਸੋ ਇਸ ਲਈ ਤੱਕਾ ਨਾ ਕਰੋ ਜੋ ਵਾਜਬ ਆ ਉਹ ਗੱਲ ਹੋਣੀ ਚਾਹੀਦੀ ਹੈ ਨਾਜਾਇਜ਼ ਨਹੀਂ ਬਿਲਕੁਲ ਤੇ ਅਗਲੀ ਗੱਲ ਇਹ ਕਿ ਲੱਖਾ ਸਦਾਨਾ ਨੇ ਇਹ ਗੱਲ ਕਹੀ ਹੈ ਕਿ ਮੈਂ ਬਠਿੰਡੇ ਤੋਂ ਚੋਣ ਲੜੂੰਗਾ ਲੋਕ ਸਭਾ ਦੀ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੰਚ ਬਣਾ ਕੇ ਵੱਖ-ਵੱਖ ਸੀਟਾਂ ਤੋਂ ਆਪਣੇ ਬੰਦੇ ਖੜੇ ਕਰਾਂਗੇ ਹੁਣ ਵੇਹਨੇ ਆ ਭਾਈ ਬਣਦਾ ਕੀ ਆ ਤੇ ਬਠਿੰਡੇ ਤੋਂ ਹੀ ਚੋਣ ਲੜਨੀ ਆ ਲੱਖਾਂ ਸਧਾਨਾਂ ਨੇ ਇਹ ਗੱਲ ਪੱਕੀ ਹੋ ਗਈ ਆ ਜੀ ਤੇ ਹੁਣ ਬਠਿੰਡੇ ਵਾਲੀ ਸੀਟ ਆ ਜਿਹੜੀ ਪੰਜਾਬ ਦੀ ਆਉਂਦੇ ਸਮੇਂ ਦੇ ਵਿੱਚ ਸਭ ਤੋਂ ਤੱਤੀ ਸੀਟ ਬਣ ਜਾਣੀ ਆ ਹੂੰ ਕਿਉਂਕਿ ਪਿੱਛੇ ਜੇ ਚਰਚਾ ਚੱਲੀ ਸੀ ਵੀ ਸ਼ਾਇਦ ਬਲਕੌਰ ਸਿੰਘ ਸਿੱਧੂ ਆ ਜਿਹੜੇ ਉਹ ਵੀ ਚੋਣ ਲੜਨ ਸ਼ਾਇਦ ਫਿਰ ਚਾਚਾ ਚੱਲੀ ਵੀ ਸ਼ਾਇਦ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵੱਲੋਂ ਲੜਨ ਫਿਰ ਚਰਚਾ ਇਹ ਚੱਲੀ ਕਿ ਸ਼ਾਇਦ ਹਰਸਿਮਰਤ ਕੌਰ ਬਾਦਲ ਨੇ ਜਿਹੜੇ ਜੀ ਤੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਬਠਿੰਡੇ ਚੋਂ ਲੜੀ ਜਾਵੇ ਉਧਰੋਂ ਲੱਖਾਂ ਸਦਾਣਾ ਵੀ ਉੱਥੋਂ ਚੋਂ ਲੜੇ ਤੇ ਫਿਰ ਵੈਸੇ ਤਾਂ ਗੱਲ ਬੜੀ ਰੋਚਕ ਜੀ ਬਣ ਜਾਂਦੀ ਆ ਪਰ ਇੰਨਾ ਰੋਚਕਤਾਈਆਂ ਤੋਂ ਪਹਿਲਾਂ ਗੱਲ ਇਹ ਜ਼ਰੂਰੀ ਆ ਕਿ ਜੇਕਰ ਕਿਸੇ ਦੇ ਨਾਲ ਵੀ ਕੋਈ ਵੀ ਤੱਕਾ ਹੁੰਦਾ ਤਾਂ ਸਾਰਾ ਪੰਜਾਬ ਖੜਾ ਹੋਵੇ ਹੂੰ ਤੇ ਭਾਨੇ ਸਿੱਧੂ ਦੇ ਖਿਲਾਫ ਜੋ-ਜੋ ਕਾਰਵਾਈਆਂ ਹੋਈਆਂ ਉਹਦੇ ਵਿੱਚ ਕਿੰਨੀ ਕਿ ਸਚਾਈ ਆ ਜੀ ਵੀ ਦੋਸ਼ ਲੱਗੇ ਆ ਨਾ ਵੀ ਇਹਦੇ ਕਿੰਨੀ ਖੋਈ ਆ ਇਹਨੇ ਜੀ ਪੈਸੇ ਮੰਗੇ ਆ ਇਹਨੇ 10000 ਮੰਗੇ ਆ ਇਹਨੇ 2 ਲੱਖ ਮੰਗੇ ਜਿੰਨਾ ਵੀ ਉਹਦੀ ਪੜਤਾਲ ਹੋਣੀ ਚਾਹੀਦੀ ਆ ਦੋਸ਼ ਤਾਂ ਕੋਈ ਵੀ ਕਿਸੇ ਤੇ ਲਾ ਦਿੰਦਾ ਲੈ ਪੱਖ ਪੜਤਾਲ ਹੋਣੀ ਚਾਹੀਦੀ ਆ ਦੋਸ਼ ਤਾਂ ਤੁਸੀਂ ਸਹੀ ਕਹਿ ਬ ਕੋਈ ਵੀ ਕਿਸੇ ਤੇ ਲਾ ਸਕਦਾ ਇਹ ਤਾਂ ਜਦੋਂ ਪੜਤਾਲ ਤੋਂ ਬਾਅਦ ਚ ਪਤਾ ਲੱਗੂ ਵੀ ਕੌਣ ਸੱਚਾ ਤੇ ਕੌਣ ਝੂਠਾ ਬਿਲਕੁਲ ਤੇ ਇੱਕ ਗੱਲ ਅਸੀਂ ਵਿਰੋਧ ਕਿਸੇ ਦਾ ਵੀ ਕਰਗੇ ਸ਼ਬਦਕ ਤੌਰ ਦੇ ਉੱਤੇ ਸਹੀ ਰਹਿਣਾ ਬੜਾ ਜ਼ਰੂਰੀ ਹੈ ਸਹੀ ਇਹ ਨਹੀਂ ਵੀ ਜੇਕਰ ਸਰਕਾਰ ਦੇ ਖਿਲਾਫ ਅਸੀਂ ਬੋਲਦੇ ਆ ਤਾਂ ਕੁਝ ਵੀ ਬੋਲ ਦਗੇ ਹੂੰ ਤੇ ਜੇਕਰ ਕੋਈ ਸਰਕਾਰੀ ਨੁਮਾਇੰਦਾ ਕਿਸੇ ਬਾਰੇ ਬੋਲਦਾ ਕੁਝ ਵੀ ਬੋਲ ਦੇਵੇ ਇਹਨਾਂ ਗੱਲਾਂ ਤੋਂ ਵੀ ਗੁਰੇਜ਼ ਕਰਗੇ ਇਹ ਨਾ ਹੋਵੇ ਵੀ ਕੱਲ ਨੂੰ ਪੰਜਾਬ ਦੇ ਵਿੱਚ ਕੋਈ ਵੰਡਗਾ ਨਹੀਂ ਪੈਣੀਆਂ ਚਾਹੀਦੀਆਂ ਕੋਈ ਫਿਕ ਨਹੀਂ ਪੈਣੀ ਚਾਹੀਦੀ ਇੱਥੇ ਭਾਈਚਾਰਕ ਸਾਂਝ ਬਰਕਰਾਰ ਰਹਿਣੀ ਚਾਹੀਦੀ ਹੈ ਬਿਲਕੁਲ ਸਹੀ ਉਹ ਵੀ ਹਾਜ਼ਰ ਹੈ ਚੰਚੀ ਦਾ ਵਿਚਾਰ ਪ੍ਰਾਇਮੇਸ਼ਾ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਚਾਹੀਦਾ ਵਿਚਾਰ ਵੇਖ ਰਹੇ ਹਾਂ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗੀਆਂ ਖਬਰਾਂ ਵੱਲ ਵਧੀਏ ਟੈਣਾ ਬਿਲਕੁਲ ਹਰਮਨ ਜੀ ਪਹਿਲੀ ਗੱਲ ਤਾਂ ਇਹ ਹੈ ਅਭੀ ਸਾਰੇ ਹੀ ਪੰਜਾਬੀ ਜਾਣਦੇ ਤੇ ਆਪਦੇ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਗਲੀ ਮਹੱਲੇ ਚੋਂ ਪਿੰਡ ਚੋਂ ਬਾਹਰ ਨਿਕਲ ਕੇ ਆਲੇ ਦੁਆਲੇ ਨਿਗਾਹ ਮਾਰੋ ਹੂੰ ਤੁਹਾਨੂੰ ਸਭ ਤੋਂ ਵੱਧ ਫੱਟੇ ਕਿਹੜੀਆਂ ਚੀਜ਼ਾਂ ਦੇ ਨਜ਼ਰ ਆਉਂਦੇ ਆ ਵਿਦੇਸ਼ ਜਾਓ ਵਿਦੇਸ਼ ਜਾਓ ਆਇਲਸ ਕਰੋ ਆਇਲਸ ਕਰੋ ਤੁਸੀਂ ਫਲਾਣੇ ਤਰੀਕੇ ਨਾਲ ਵੀ ਪਹੁੰਚ ਸਕਦੇ ਹੋ ਬਿਨਾ ਆਈਲੈਟਸ ਤੋਂ ਵੀ ਪਹੁੰਚ ਸਕਦੇ ਹੋ ਤੁਸੀਂ ਜੀ ਇਹ ਐ ਕਰ ਤੁਹਾਡੀ ਫੀਸ ਸਭ ਤੋਂ ਬਾਅਦ ਵਿੱਚ ਲਵਾਂਗੇ ਫਲਾਾਂ ਕਰਾਂਗੇ ਉਹ ਅਸਲ ਵਿੱਚ ਚੋਗਾ ਪਾਉਂਦੇ ਆ ਤੇ ਆਪਾਂ ਚੋਗੇ ਦੇ ਵਿੱਚ ਫਸਦੇ ਆ ਅੱਜ ਕੱਲ ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਰਸ਼ ਨਹੀਂ ਉਹਨੀ ਭੀੜ ਨਹੀਂ ਉਹਨੇ ਵਿਦਿਆਰਥੀ ਨਹੀਂ ਜਿੰਨੇ ਕਿ ਆਈਲੈਟਸ ਕੇਂਦਰਾਂ ਦੇ ਵਿੱਚ ਸਹੀ ਜਿਵੇਂ ਕਿਸੇ ਸਕੂਲ ਕਾਲਜ ਦੇ ਵਿੱਚ ਜਦੋਂ ਪਹਿਲਾਂ ਛੁੱਟੀ ਹੁੰਦੀ ਸੀ 10 ਸਾਲ ਪਹਿਲਾਂ ਉਦੋਂ ਇੱਕਦਮ ਨਹੀਂ ਬਾਹਰ ਨਿਕਲਦੇ ਹੁੰਦੇ ਸੀ ਵਿਦਿਆਰਥੀ ਵੀ ਇਕਦਮ ਜਿਹੜੀ ਸੜਕ ਖਾਲੀ ਆ ਉਹ ਸੜਕ ਭਰ ਗਈ ਵਿਦਿਆਰਥੀਆਂ ਦੇ ਨਾਲ ਹੁਣ ਆਇਲੈਂਡ ਸੈਂਟਰਾਂ ਦੇ ਵਿੱਚ ਐ ਹੁੰਦਾ ਸਹੀ ਇਕਦਮੀ ਜਦੋਂ 2-3 ਵਜਦੇ ਆ ਉਦੋਂ ਸਾਰੇ ਜਣੇ ਸੜਕ ਤੇ ਆ ਜਾਂਦੇ ਆ ਆਇਲੈਂਡ ਸੈਂਟਰਾਂ ਦੀਆਂ ਪੌੜੀਆਂ ਉਤਰ ਕੇ ਤੇ ਇਕਦਮੀ ਸਾਰੇ ਕਤਾਰ ਬਣਾ ਕੇ ਅੰਦਰ ਜਾ ਰਹੇ ਹੁੰਦੇ ਆ ਵੀ ਕਲਾਸ ਦਾ ਟਾਈਮ ਆ ਹੁਣ ਦੱਸਣ ਦੀ ਲੋੜ ਨਹੀਂ ਵੀ ਸੇ ਕਹਿਣਾ ਕੀ ਚਾਉਨੇ ਸਕੂਲ ਕਾਲਜ ਦੇ ਵਿੱਚੋਂ ਵਿਦਿਆਰਥੀ ਨਿਕਲ ਕੇ ਇਧਰਲੇ ਪਾਸੇ ਕਿਉਂ ਆਉਣ ਲੱਗ ਪਏ ਇਦੇ ਪਿੱਛੇ ਕਾਰਨ ਆਪਾਂ ਸਭ ਨੂੰ ਪਤਾ ਸਹੀ ਪਰ ਠੱਗ ਏਜੰਟਾਂ ਤੋਂ ਬਚੋ ਹਮੇਸ਼ਾ ਹੀ ਬੇਨਤੀ ਕਰਦੇ ਆ ਤੁਸੀਂ ਭੋਲੇ ਨਹੀਂ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟਾ ਬਾਅਦ ਦੇ ਵਿੱਚ ਖਬਰਾਂ ਤੇ ਜੋ ਮਰਜ਼ੀ ਕਹੀਏ ਅਸੀਂ ਗੁੰਮਰਾਹ ਹੋ ਗਏ ਅਸੀਂ ਭੋਲੇ ਸਾਂ ਸਾਡੇ ਭੋਲੇਪਨ ਦਾ ਫਾਇਦਾ ਚੁੱਕ ਤਦੋਂ ਭੋਲੇ ਤੁਸੀਂ ਜੇ ਤੁਸੀਂ ਭੋਲੇ ਹੁੰਦੇ ਤਾਂ ਤੁਸੀਂ ਐਡਾ ਵੱਡਾ ਚੱਕਣਾ ਆਪ ਚੱਕਣਾ ਹੀ ਨਹੀਂ ਸੀ ਸਹੀ ਤੁਸੀਂ 20-25 ਲੱਖ ਰੁਪਇਆ ਤਿਆਰ ਕਰਕੇ ਜੇਕਰ ਏਜੰਟ ਨੂੰ ਪਰਦੇ ਨਾਲ ਦੇ ਕੇ ਆਏ ਆਂ ਚਲਾਕੀ ਨਾਲ ਹੀ ਦੇ ਕੇ ਆਏ ਆਂ ਬਿਲਕੁਲ ਸਹੀ ਵੀ ਕਿਸੇ ਨੂੰ ਪਤਾ ਨਾ ਲੱਗੇ ਸ਼ਰੀਕ ਨੂੰ ਵੀ ਨਾ ਪਤਾ ਲੱਗੇ ਜਦੋਂ ਬੱਚਾ ਬਾਹਰ ਚਲਾ ਗਿਆ ਉਦੋਂ ਪਤਾ ਲੱਗੇ ਹੂੰ ਤੇ ਆਪਾਂ ਗਲਤ ਹਾਂ ਤੇ ਏਜੰਟ ਬੈਠੇ ਹੀ ਗਲਤ ਲੋਕਾਂ ਨੂੰ ਕੁੰਡੀ ਦੇ ਵਿੱਚ ਫਸਾਉਣ ਦੇ ਲਈ ਆ ਬਿਲਕੁਲ ਸਹੀ ਏਜੰਟ ਤਾਂ ਗਲਤ ਹੈ ਗਈ ਆ ਵੱਡੀ ਗਿਣਤੀ ਦੇ ਵਿੱਚ ਵਿਰਲੇਟਾਂਵੇਂ ਛੱਡ ਕੇ ਪਰ ਆਪਾਂ ਵੀ ਭੋਲੇ ਨਹੀਂ ਸਹੀ ਆਪਣਾ ਮਸਲਾ ਹੱਲ ਹੋ ਜੇ ਨਾ ਜਦੋਂ ਆਪਾਂ ਦਸਾਂ ਬੰਦਿਆਂ ਦੇ ਹੋਰ ਪੈਸੇ ਪਾਵਾ ਦੰਨੇ ਆ ਵੀ ਸਾਡੇ ਮੁੰਡੇ ਵਾਂਗੂ ਆ ਵੀ ਭੇਜਦੇ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਇਹ ਸਾਲੇ ਦਾ ਭਰਾ ਅਜੀਜੇ ਦਾ ਭਰਾ ਫਲਣ 100 ਗੱਲਾਂ ਕਰਦੇ ਆ ਫਿਰ ਕਹਿੰਦੇ ਵੀ ਕੋਈ ਗੱਲ ਨਹੀਂ ਯਾਰ ਲੱਖ ਵੱਧ ਵੀ ਲੱਗ ਜਾ ਤਾਂ ਵੀ ਕੋਈ ਨਹੀਂ ਉਹਨਾਂ ਨੂੰ ਪਤਾ ਵੀ ਇਹ ਇੱਕ ਦੂਜੇ ਦੇ ਮਗਰ ਲੱਗ ਕੇ ਭੇੜ ਚਾਲ ਚਾਉਂਦੇ ਆ ਆਪਾਂ ਕਿਤੇ ਵੀ ਕੁਝ ਕਰਨਾ ਹੋਵੇ ਸਹੀ ਆਪਾਂ ਆਲੇ ਦੁਆਲੇ 100 ਗੱਲਾਂ ਦਾ ਪਤਾ ਲੱਗ ਕਰਦੇ ਆ ਟੈਂਟ ਲਾਉਣਾ ਹੋਵੇ ਨਾ 50000 ਰੁਪਏ ਦਾ 20000 ਦਾ ਤੇ ਆਪਾਂ 20 ਥਾਵਾਂ ਤੋਂ ਪਤਾ ਕਰਦੇ ਵੀ ਭਾਈ ਟੈਂਟ ਕਿਵੇਂ ਆ ਟੈਣਾ ਸਾਹਿਬੇ ਤਾਂ ਬਹੁਤ ਵੱਡੀ ਗੱਲ ਐ ਸਬਜ਼ੀ ਲੈਣੀ ਹੋਵੇ ਨਾ ਵੀ ਰੇੜੀਆਂ ਤੋਂ ਪਹਿਲਾਂ ਭਾਅ ਪੁੱਛਦੇ ਐ ਇਸ ਰੇੜੀ ਤੇ ਗਏ ਹਾਂ ਉਸ ਰੇੜੀ ਤੇ ਗਏ ਤੇ ਜਦੋਂ ਏਜੰਟ ਦੇ ਪੈਸੇ ਫੜਾਉਣੇ ਹੁੰਦੇ ਆ ਆਪਾਂ ਕਿੰਨਾ ਕ ਪਤਾ ਕਰਦੇ ਆ ਸਹੀ ਇੱਕ ਦੋਵਾਂ ਨੇ ਕਹਿਤਾ ਵੀ ਯਾਰ ਬੰਦਾ ਠੀਕ ਆ ਠੀਕ ਆ ਚੱਕ ਪੈਸੇ ਫਿਰ ਹੂੰ ਫਿਰ ਜਦੋਂ ਬੰਦਾ ਗਲਤ ਹੋ ਜਾਂਦਾ ਤੇ ਆਪਾਂ ਕਹਿੰਦੇ ਵੀ ਭਾਈ ਪੂਰਾ ਪੰਜਾਬ ਸਾਡਾ ਸਾਥ ਦੇਵੇ ਸਹੀ ਪੰਜਾਬ ਸਾਥ ਦੇਵੇ ਪੁਲਿਸ ਵੀ ਸਾਥ ਦੇਵੇ ਸਰਕਾਰ ਵੀ ਸ਼ਿਕੰਜਾ ਕਸੇ ਏਜੰਟ ਪੁੱਠੇ ਵੀ ਟੰਗੇ ਜਾਣ ਗਲਤ ਕੰਮ ਕਰਨ ਵਾਲੇ ਪਰ ਆਪਾਂ ਆਪ ਵੀ ਬਦਲ ਗਏ ਇਹ ਬਰਨਾਲਾ ਦਾ ਪਿੰਡ ਹੈਗਾ ਹੰਡਿਆਆ ਇੱਥੋਂ ਦਾ ਇੱਕ ਮੁੰਡਾ ਉਹਨੇ ਦੋਸ਼ ਲਾਇਆ ਕਿ ਮੈਨੂੰ ਕੈਨੇਡਾ ਦਾ ਨਕਲੀ ਵੀਜ਼ਾ ਲਵਾ ਕੇ ਦੇਤਾ ਅੱਛਾ ਜੀ ਜਿਹੜਾ ਸਟicker ਲੱਗਦਾ ਹੁੰਦਾ ਉਹ ਨਕਲੀ ਵੀਜ਼ਾ ਲਵਾ ਕੇ ਦੇਤਾ ਤੇ ਮੈਂ ਚੜ ਗਿਆ ਹੂੰ ਤੇ ਥਾਈਲੈਂਡ ਦੇ ਵਿੱਚ ਮੈਂ ਫਸ ਗਿਆ ਉਹਦੇ ਕਹਿਣ ਮੁਤਾਬਕ ਅੱਛਾ ਜੀ ਉਹ ਕਹਿੰਦਾ ਡੇਢ ਸਾਲ ਮੈਂ ਉੱਥੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਜ਼ਿੰਦਗੀ ਦਾ ਡੇਢ ਸਾਲ ਮੇਰਾ ਥਾਈਲੈਂਡ ਦੀਆਂ ਸਿਖਾਂ ਦੇ ਪਿੱਛੇ ਨਿਕਲ ਗਿਆ ਉਹਦੇ ਕਹਿਣ ਮੁਤਾਬਕ ਹੂੰ ਉਹ ਕਹਿੰਦਾ ਫਿਰ ਮੈਨੂੰ ਉੱਥੋਂ ਵਾਪਸ ਭੇਜ ਦਿੱਤਾ ਤੇ ਹੁਣ ਉਹਨੇ ਕੀਤੀ ਜਦੋਂ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਤਿੰਨ ਚਾਰ ਜਣਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਹੂੰ ਏਜੰਟਾਂ ਨੂੰ ਵੀ ਬੇਨਤੀ ਹੈ ਵੀ ਮਾੜੀ ਮੁੱਟੀ ਸ਼ਰਮਨਾ ਦੀ ਕੋਈ ਚੀਜ਼ ਹੁੰਦੀ ਹੈ ਯਾਰ ਤੁਸੀਂ 25 25 26 26 ਲੱਖ ਰੁਪਿਆ ਲੈ ਲੈਨੇ ਆ ਤੇ ਬੰਦਾ ਵੀ ਨਹੀਂ ਭੇਜਦੇ ਤੇ ਪੈਸੇ ਵੀ ਨਹੀਂ ਮੁੜਦੇ ਤੁਹਾਡੇ ਐਡੇ ਵੱਡੇ ਢੱਡ ਤੁਹਾਡਾ ਐਡਾ ਵੱਡਾ ਲਾਲਚ ਤੁਸੀਂ ਐਡੇ ਭੁੱਖੜ ਲੋਕ ਐਡੇ ਮਾੜੇ ਲੋਕ ਬਿਲਕੁਲ ਤੇ ਲੋਕਾਂ ਨੂੰ ਬੇਨਤੀ ਬਈ ਯਾਰ ਥੋੜਾ ਜਿਹਾ ਲਾਲਚ ਘਟਾ ਲੋ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਟਾਣਾ ਸਾਹਿਬ ਵੀ ਜਦ ਮੂੰਹ ਮੰਗੇ ਪੈਸੇ ਤੁਸੀਂ ਲੈਨੇ ਹੋ ਹਨਾ ਜੇਕਰ ਲਾਏ ਗਏ ਦੋਸ਼ ਵਾਕਈ ਸਹੀ ਨੇ ਵਾਜਬ ਨੇ ਉਹਨੇ ਬਿਲਕੁਲ ਸੱਚੀ ਗੱਲ ਜੇਕਰ ਕਹੀ ਆ ਮੁੰਡੇ ਨੇ ਤਾਂ ਉਹਦਾ ਕੀ ਕਸੂਰ ਸੀ ਵੀ ਉਹਨੇ ਡੇਢ ਸਾਲ ਜ਼ਿੰਦਗੀ ਦਾ ਜੇਲ੍ਹ ਦੇ ਵਿੱਚ ਕੱਟਿਆ ਬਈ ਤੁਸੀਂ ਕਿਵੇਂ ਕਿਸੇ ਦੀ ਜ਼ਿੰਦਗੀ ਨਾਲ ਖੇਡ ਸਕਦੇ ਜਦ ਮੂੰਹ ਮੰਗੇ ਪੈਸੇ ਲੈ ਰਹੇ ਹੋ ਤੇ ਫਿਰ ਅਗਲੇ ਤੋਂ ਜਿਹੜੇ ਕੰਮ ਦੇ ਪੈਸੇ ਲਿਆ ਉਹਨੂੰ ਉਹ ਕੰਮ ਵੀ ਕਰਕੇ ਦਿਓ ਨਾ ਤੁਸੀਂ ਪਤਾ ਨਹੀਂ ਕਿਹੜੇ ਵਾਲੇ ਪਾਸੇ ਲੋਕਾਂ ਦੀਆਂ ਜ਼ਮੀਰਾਂ ਹੀ ਮਰ ਗਈਆਂ ਨੇ ਵੀ ਪੈਸਾ ਵੀ ਖਾਈ ਜਾਣਾ ਹੈ ਤੇ ਕਿਸੇ ਦੇ ਧੀ ਪੁੱਤ ਨੂੰ ਨਾਲ ਕੀ ਵਾਪਰਦਾ ਹੈ ਕੀ ਨਹੀਂ ਵਾਪਰਦਾ ਇਹਦੇ ਬਾਰੇ ਵੀ ਨਹੀਂ ਸੋਚਣਾ ਤੇ ਬਸ ਮਤਲਬ ਨੋਟ ਹੀ ਛਾਪਣ ਵਾਲੇ ਪਾਸੇ ਹੋਏ ਹੋਏ ਨੇ ਇੱਕ ਮਹੀਨੇ ਦੇ ਵਿੱਚ ਮੈਨੂੰ ਤਿੰਨ ਜਣਿਆਂ ਨੇ ਸੰਪਰਕ ਕੀਤਾ ਹਰਬੰਜੀ ਤਿੰਨ ਜਣਿਆਂ ਨੇ ਇੱਕ ਨੇ ਕਿਹਾ ਜੀ ਸਾਡਾ 6.5 ਲੱਖ ਰੁਪਇਆ ਫਲਾਣਾ ਏਜੰਟ ਖਾ ਗਿਆ ਹੂੰ ਇੱਕ ਨੇ ਕਿਹਾ ਜੀ ਕਿ ਸਾਡਾ 27 ਲੱਖ ਰੁਪਇਆ ਜੈਂਟ ਖਾ ਗਿਆ। ਹੂੰ ਹੂੰ। ਇੱਕ ਨੇ ਕਿਹਾ ਜੀ ਮੇਰੇ ਖਲ 15 ਜਾਂ 16 ਲੱਖ ਜਕਰ ਮੈਂ ਗਲਤ ਨਾ ਹੋਵਾਂ 15 ਜਾਂ 16 ਲੱਖ ਹੀ ਸੀ। ਹੂੰ। ਕਿਸੇ ਨੇ ਕਿਹਾ ਜੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਵਾਉਣ ਲਈ ਇੰਨੇ ਲੈ ਲੈ। ਕਿਸੇ ਨੇ ਕਿਹਾ ਜੀ ਇੰਗਲੈਂਡ ਭੇਜਣ ਦੇ ਨਾਤੇ ਇੰਨੇ ਲੈ ਲੈ। ਕਿਸੇ ਨੇ ਕਿਹਾ ਜੀ ਵਰਕ ਪਰਮਿਟ ਦਿਵਾਉਣ ਦੇ ਨਾਤੇ ਇੰਨੇ ਲੈ ਲੈ। ਤੇ ਕੰਮ ਨਹੀਂ ਹੋਇਆ। ਤੁਸੀਂ 20 ਲੱਖ ਲੈਨੇ ਹੋ। ਮੰਨਿਆ ਵੀ 2-3 ਲੱਖ ਰੁਪਇਆ ਤੁਹਾਡਾ ਬਚਾਅ ਹੋ ਜੇ। ਹੂੰ। ਤੁਸੀਂ ਕਮਾਈ ਲਈ ਬੈਠੇ ਆ ਤੁਹਾਡੇ ਦਫਤਰ ਖੋਲੇ ਆ, ਏਸੀ ਚੱਲਦੇ ਆ, ਮੁੰਡੇ ਕੁੜੀਆਂ ਨੌਕਰੀ ਤੇ ਰੱਖੇ ਆ, ਬ ਹਲੇਰ ਕਰਦੀ ਥੋੜੀ ਐ। ਆ ਵੀ ਗੱਲ ਤਾਂ ਉਹੀ ਐ ਨਾ ਟੇਣਾ ਸਾਹਿਬ ਜੇ ਪੈਸੇ ਲੈ ਰਹੇ ਹੋ ਮੂੰਹ ਮੰਗੇ ਤਾਂ ਅਗਲੇ ਦਾ ਕੰਮ ਵੀ ਤਾਂ ਕਰਕੇ ਦਿਓ ਨਾ। ਤੁਸੀਂ ਕਿਸੇ ਦੀ ਜ਼ਿੰਦਗੀ ਨਾਲ ਕਿਵੇਂ ਖੇਡ ਸਕਦੇ ਹੋ ਭਾਈ? ਆ ਅੱਗੇ ਪਿੱਛੇ ਜੇ ਤੁਹਾਨੂੰ ਪਤਾ ਐ ਖਬਰ ਆਈ ਸੀ ਕਿ ਜਲੰਧਰ ਦੇ ਨੇੜੇ ਦੇ ਇੱਕ ਪਿੰਡ ਦਾ ਹੀ ਇੱਕ ਨੌਜਵਾਨ ਜਿਹੜਾ ਕਿ ਉਹਦੇ ਘਰਦਿਆਂ ਨੇ ਜਿਵੇਂ ਕਿ ਦੋਸ਼ ਲਗਾਏ ਸੀ ਵੀ ਸਾਨੂੰ ਅਸੀਂ ਪੈਸੇ ਸਹੀ ਰਸਤੇ ਦੇ ਦਿੱਤੇ ਸੀ ਪਰ ਡੌਂਕੀ ਲਾ ਕੇ ਮੁੰਡਾ ਭੇਜ ਦਿੱਤਾ। ਜਿਸ ਬਾਅਦ ਉਸ ਮੁੰਡੇ ਨਾਲ ਕਦੇ ਸੰਪਰਕ ਨਹੀਂ ਹੋ ਸਕਿਆ। ਕੋਈ ਚਾਰ ਬੰਦਿਆਂ ਤੋਂ ਪੜਤਾਲ ਵੀ ਕਰ ਲਿਆ ਕਰੋ। ਆਪਾਂ ਮੂੰਹ ਚੱਕ ਕੇ ਪੈਸੇ ਫੜਾ ਦਿੰਨੇ ਆ। ਸਹੀ। ਪਹਿਲਾਂ ਪੜਤਾਲ ਇਹੀ ਤਾਂ ਗੱਲ ਹੈ ਤੁਸੀਂ ਜਦੋਂ ਦਸਤੀ ਫੜਾ ਦਿੰਨੇ ਆ ਸਾਡੇ ਕੋਲ ਸਬੂਤਾ ਹੀ ਨਹੀਂ ਹੁੰਦਾ ਵੀ ਅਸੀਂ ਇੰਨੇ ਪੈਸੇ ਦਿੱਤੇ ਆ ਹਾਂ ਤੁਸੀਂ ਪੁੱਛ ਕੇ ਵੇਖ ਲਓ ਟਾਣਾ ਸਾਹਿਬ ਬਹੁਤ ਘੱਟ ਲੋਕ ਆ ਬਾਅਦ ਵਿੱਚ ਇੱਕੋ ਗੱਲ ਤੇ ਆਜਣੇ ਸੌ ਪਾ ਦਿੰਨੇ ਆ ਉਹਨੂੰ ਕੌਣ ਪੁੱਛਦਾ ਗੱਲ ਨੂੰ ਆ ਅੱਜ ਕੱਲ ਤਾਂ ਸੌ ਆ ਬੰਦੇ ਪਾਉਂਦੇ ਝੂਠੇ ਆ ਉਹ ਤਾਂ ਵੈਸੇ ਹੀ ਮੋਰੇ ਤਿਆਰ ਬੈਠੇ ਹੁੰਦੇ ਆ ਸੌ ਖਾਣ ਨੂੰ ਉਹਨਾਂ ਨੇ ਵੈਸੇ ਹੀ ਕਹਿ ਦੇਣਾ ਹੁੰਦਾ ਵੀ ਨਹੀਂ ਨਹੀਂ ਸਾਨੂੰ ਤਾਂ ਮਿਲੇ ਹੀ ਨਹੀਂ ਬਿਲਕੁਲ ਸਹੀ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨਜੀਤ ਅਸੀਂ ਨੇ ਕਈ ਵਾਰੇ ਗੱਲ ਕੀਤੀ ਆ ਵੀ ਬਦਲੇ ਹੋਏ ਦੌਰ ਦੇ ਵਿੱਚ ਮਾਪਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਮਾਪੇ ਆ ਜਿਹੜੇ ਚਾਹੁੰਦੇ ਵੀ ਸਾਡਾ ਧੀ ਪੁੱਤ ਬਸ ਪਰਸੈਂਟੇਜ ਦੇ ਵਿੱਚ ਫੀਸ ਦੀ ਦੇ ਵਿੱਚ ਸਿਖਰਤੇ ਹੋਵੇ 100 ਦੇ ਵਿੱਚੋਂ 98% ਲੈ ਕੇ ਆਵੇ ਰੁਪਈਏ ਜਿੰਨੇ ਮਰਜ਼ੀ ਲੱਗ ਜਾਣ ਬੱਚੇ ਦੀ ਰੁਚੀ ਕਿਹੜੇ ਕੰਮ ਦੇ ਵਿੱਚ ਆ ਬੱਚਾ ਇਹ ਕੁਝ ਕਰਨਾ ਚਾਹੁੰਦਾ ਕਿ ਨਹੀਂ ਕਰਨਾ ਚਾਹੁੰਦਾ ਜਿਹੜਾ ਆਪਾਂ ਥੋਪ ਰਹੇ ਆ ਇਹਦੇ ਵੱਲ ਅਸੀਂ ਬਹੁਤੀ ਵਾਰ ਖਿਆਲ ਨਹੀਂ ਕਰਦੇ ਤੇ ਫਿਰ ਜਦੋਂ ਟੱਬਰ ਦਾ ਜੀ ਸਾਡੇ ਵਿੱਚੋਂ ਚਲਾ ਜਾਂਦਾ ਤੇ ਫਿਰ ਅਸੀਂ ਦੁੱਖ ਪ੍ਰਗਟਾਉਨੇ ਆ ਹਾਲਾਂਕਿ ਉਮਰ ਦਾ ਪੜਾਅ ਇਹੋ ਜਿਹਾ ਹੁੰਦਾ ਵੇ ਭਾਈ ਉਹਨਾਂ ਨੂੰ ਤਾਂ ਪੜ੍ਹਾਈ ਦੀ अहमियत ਦਾ ਪਤਾ ਹੀ ਨਹੀਂ ਹੁੰਦਾ ਕਈ ਵਾਰ ਮਾਪੇ ਬੈ ਸੋਚਦਾ ਵੀ ਭਾਈ ਪੜ੍ਹਾਉਣਾ ਚਾਹੁੰਦੇ ਤਾਂ ਗਲਤ ਨਹੀਂ ਕਰਦੇ ਹਮ ਪਰ ਪਹਿਲਾਂ ਬੱਚੇ ਦੀ ਰੁਚੀ ਬਾਰੇ ਜ਼ਰੂਰ ਜਾਣ ਲਓ ਆ ਹੁਣ ਮੈਰੀਟੋਰੀਅਸ ਸਕੂਲ ਦੀ ਖਬਰ ਆਈ ਆ ਕਾਬਦਾ ਖੇਤਰ ਤੋਂ ਖਬਰ ਆਈ ਆ ਇੱਥੇ ਇੱਕ ਮੁੰਡੇ ਨੇ ਜਿਹੜਾ ਕਿ 12ਵੀਂ ਕਲਾਸ ਦਾ ਵਿਦਿਆਰਥੀ ਆ ਉਹਨੂੰ ਪਰਸੈਂਟੇਜ ਪੂਰੀ ਨਹੀਂ ਆਈ ਉਹਨੂੰ ਅੰਕ ਘੱਟ ਆਏ ਆ ਅੱਛਾ ਜੀ ਜਾਂ ਉਹ ਪੜ੍ਹਾਈ ਦੇ ਵਿੱਚ ਚੱਲ ਨਹੀਂ ਸੀ ਰਿਹਾ ਦੁਪਹਿਰ ਦੇ ਵੇਲੇ ਪਿਤਾ ਨੇ ਇਹ ਗੱਲ ਕਹੀ ਉਸ ਬੱਚੇ ਦੇ ਪਿਤਾ ਨੇ ਕਿ ਮੈਨੂੰ ਅਧਿਆਪਕ ਦਾ ਫੋਨ ਆਇਆ ਵੀ ਤੁਹਾਡਾ ਬੱਚਾ ਪੜ੍ਹਾਈ ਦੇ ਵਿੱਚ ਚੱਲ ਨਹੀਂ ਰਿਹਾ ਜੇਕਰ ਇਹ ਹਾਲਾਤ ਰਹੇ ਤਾਂ ਫਿਰ ਇਹਨੂੰ ਸਕੂਲ ਦੇ ਵਿੱਚੋਂ ਕੱਢਣਾ ਪਊਗਾ ਉਹ ਕਹਿੰਦੇ ਮੈਂ ਉਹਨਾਂ ਨੂੰ ਗੱਲ ਕਹੀ ਵੀ ਭਾਈ ਇਹਦਾ ਨਾ ਕਰਿਓ ਤੇ ਆਥਣ ਦੇ ਵੇਲੇ ਖਬਰ ਇਹ ਮਿਲ ਗਈ ਵੀ ਭਾਈ ਹੋਸਟਲ ਦੇ ਵਿੱਚ ਮੁੰਡੇ ਨੇ ਖੁਦਕੁਸ਼ੀ ਕਰ ਲਈ ਓਹੋ ਦੇਖੋ ਉਹ ਸ਼ਾਇਦ ਪਰਦਾ ਨਹੀਂ ਸੀ ਚਾਹੁੰਦਾ ਜਾਂ ਵਿਸ਼ਾ ਉਹਦੇ ਸਮਝ ਨਹੀਂ ਸੀ ਪੈ ਰਿਹਾ ਜਾਂ ਉਹਦੀ ਰੁਚੀ ਘਟ ਗਈ ਤੇ ਆਪਾਂ ਇਹ ਸੋਚਦੇ ਸਾਂ ਕਿ ਭਾਈ ਨਹੀਂ ਇੱਥੇ ਠੀਕ ਆ ਹੁਣ ਇੱਕ ਹੋਰ ਖਬਰ ਆਈ ਹੈ ਕੋਟਾ ਖੇਤਰ ਤੋਂ ਇਤੇ ਨਿਹਾਰ ਕਾ ਸਿੰਘ ਨਾਂ ਦੀ ਕੁੜੀ ਆ ਜੀ ਉਹਨੇ ਖੁਦਕੁਸ਼ੀ ਕੀਤੀ ਆ ਅੱਜ ਦੀ ਖਬਰ ਇਹ ਆ ਹੂੰ ਉਹਨੇ ਖੁਦਕੁਸ਼ੀ ਨੋਟ ਦੇ ਵਿੱਚ ਇਹ ਗੱਲ ਲਿਖੀ ਆ ਕਿ ਪਿਤਾ ਜੀ ਮਾਤਾ ਜੀ ਮੈਂ ਜੇਈਈ ਨਹੀਂ ਕਰ ਸਕਦੀ ਹੂੰ ਮੈਂ ਇਸ ਕਾਬਲ ਨਹੀਂ ਮੈਂ ਖੁਦਕੁਸ਼ੀ ਕਰਨ ਲੱਗੀ ਆ ਕਿਰਪਾ ਕਰਕੇ ਮੈਨੂੰ ਮਾਫ ਕਰਿਓ ਬੱਚੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਅਸੀਂ ਬਹੁਤੀ ਵਾਰੀ ਕਹਿੰਦੇ ਨੇ ਫਲਾਣੇ ਨੇ ਮੈਡੀਕਲ ਰੱਖਿਆ ਇਹਨੂੰ ਵੀ ਰਖਾਉ ਹੂੰ ਫਲਾਣੇ ਨੇ ਨਾਨ ਮੈਡੀਕਲ ਰੱਖਿਆ ਮੈਂ ਵੀ ਰਖਾਉਂ ਫਲਾਣੇ ਨੇ ਆ ਡਿਗਰੀ ਕੀਤੀ ਮੇਰੇ ਵਾਲਾ ਵੀ ਕਰੋ ਪਰ ਇਹ ਇੱਜ਼ਤ ਦਾ ਰੋਲਾ ਨਾ ਬਣਾਓ ਬੱਚੇ ਦੀ ਰੁਚੀ ਦੇ ਉੱਤੇ ਛੱਡੋ ਡਾਣਾ ਸਾਹਿਬ ਪਹਿਲੀ ਗੱਲ ਤਾਂ ਹੈ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ ਆ ਇਹ ਕਦੇ ਵੀ ਇਹ ਵਾਲੇ ਪਾਸੇ ਨਹੀਂ ਤੁਰਨਾ ਚਾਹੀਦਾ ਪਰ ਦੂਸਰੀ ਗੱਲ ਇਹ ਹੈ ਕਿ ਸਾਰੇ ਇੰਜੀਨੀਅਰ ਡਾਕਟਰ ਨਹੀਂ ਬਣਦੇ ਹੁੰਦੇ ਹੋਰ ਬਹੁਤ ਕੋਝਾ ਕਰਨ ਉਹ ਦੁਨੀਆ ਦੇ ਵਿੱਚ ਬਹੁਤ ਸਾਰੇ ਮਹਾਨ ਆਪਾਂ ਜਾਣਦੇ ਆ ਪਲੇਅਰਸ ਵੀ ਨੇ ਬਹੁਤ ਸਾਰੇ ਮਹਾਨ ਖਿਡਾਰੀ ਨੇ ਬਹੁਤ ਸਾਰੇ ਮਹਾਨ ਹੋਰ ਕੰਮਾਂ ਦੇ ਵਿੱਚ ਲੋਕ ਨੇ ਕਈ ਅਉਧਿਆਂ ਦੇ ਉੱਪਰ ਪਹੁੰਚੇ ਨੇ ਸਾਰੇ ਕਿਤੇ ਡਾਕਟਰ ਇੰਜੀਨੀਅਰ ਥੋੜੀ ਲੱਗੇ ਰਹੇ ਸਾਨੂੰ ਇਹ ਚੀਜ਼ ਦਿਮਾਗ ਦੇ ਵਿੱਚੋਂ ਕੱਢਣੀ ਪਊਗੀ ਹਰ ਇੱਕ ਬੱਚੇ ਦੀ ਇੱਕ ਆਪਣੀ ਰੁਚੀ ਹੁੰਦੀ ਹੈ ਹਰ ਇੱਕ ਬੱਚੇ ਦਾ ਧਿਆਨ ਇੱਕ ਵਾਲੇ ਪਾਸੇ ਹੁੰਦਾ ਤੇ ਉਹ ਕੀ ਕਰਨਾ ਚਾਹੁੰਦਾ ਉਸ ਚੀਜ਼ ਨੂੰ ਤਵੱਜੋ ਜ਼ਰੂਰ ਦੇਣੀ ਚਾਹੀਦੀ ਹੈ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਇਹ ਅਬ ਅਕਸਰ ਇਹ ਗੱਲ ਕਹਿੰਦੇ ਜਦੋਂ ਬੱਚਾ ਜਵਾਨ ਹੋਣ ਲੱਗਦਾ ਨਾ 14 ਸਾਲਾਂ ਦਾ 13-14 ਸਾਲਾਂ ਦਾ ਜਦੋਂ ਉਹਨੂੰ ਸਮਝ ਹੀ ਆਉਣ ਲੱਗਦੀ ਹੈ ਬੱਚੇ ਦੇ ਦੋਸਤ ਬਣ ਜਾਓ ਜੇ ਲੋ ਤੁਸੀਂ ਉਹਦੇ ਨਾਲ ਦੋਸਤਾਨਾ ਰਿਸ਼ਤਾ ਰੱਖਦੇ ਹੋ ਦੋਸਤ ਬਣ ਜਾਂਦੇ ਹੋ ਫਿਰ ਉਹ ਆਪਣੇ ਦਿਲ ਦੀ ਗੱਲ ਖੁੱਲ ਕੇ ਤੁਹਾਡੇ ਨਾਲ ਕਰਦਾ ਫਿਰ ਉਹ ਡਰਦਾ ਨਹੀਂ ਹੈ ਹੁਣ ਇਹ ਨਾ ਬੱਚਿਆਂ ਨੇ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਹਨਾ ਇਹਨਾਂ ਨੇ ਮਨ ਦੇ ਵਿੱਚ ਕੀ ਕੀ ਕੁਝ ਬੀਤਦਾ ਹੋਊਗਾ ਹੋ ਸਕਦਾ ਬਹੁਤ ਵਾਰ ਇਹਨੇ ਮਾਪਿਆਂ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਬਹੁਤ ਵਾਰ ਆਪਣੀ ਗੱਲ ਜਿਹੜੀ ਆ ਮਾਪਿਆਂ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੋਈ ਆ ਹੋ ਸਕਦਾ ਹੈ ਕਿ ਡਰ ਖੌਫ ਹੀ ਇੰਨਾ ਹੋਵੇ ਮਾਪਿਆਂ ਦਾ ਕਿ ਉਹ ਆਪਣੀ ਗੱਲ ਕਹਿ ਹੀ ਨਹੀਂ ਸਕੇ ਉਹਨਾਂ ਨੂੰ ਦੱਸ ਹੀ ਨਹੀਂ ਸਕੇ ਤੇ ਮਾਪਿਆਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਬੱਚੇ ਦੇ ਦਿਮਾਗ ਦੇ ਉੱਪਰ ਕੀ ਬੀਤਦੀ ਪਈ ਹੈ ਸੋ ਜਦ ਤੱਕ ਇਹ ਜਿਹੜਾ ਪਾੜਾ ਇਹ ਨਹੀਂ ਖਤਮ ਹੁੰਦਾ ਨਾ ਕਿ ਬੱਚੇ ਖੁੱਲ ਕੇ ਗੱਲ ਨਹੀਂ ਕਰ ਸਕਣਗੇ ਮਾਪਿਆਂ ਦੇ ਨਾਲ ਉਦੋਂ ਤੱਕ ਹੱਲ ਨਹੀਂ ਹੋਣਾ ਮਸਲੇ ਦਾ ਸਾਨੂੰ ਦੋਸਤ ਬਣਨਾ ਪਊਗਾ ਬੱਚਿਆਂ ਦੇ 100% ਦੀ ਸਹੀ ਗੱਲ ਹੈ ਹੈਨਾ ਪਿਤਾ ਹੀ ਆਪਾਂ ਬੱਚਿਆਂ ਨੂੰ ਗਲਤ ਸਹੀ ਦੇ ਵਿੱਚਲਾ ਫਰਕ ਦੱਸ ਸਕਾਂਗੇ ਬਿਲਕੁਲ ਆ ਵੀ ਹਾਜ਼ਰ ਹੈ ਜੱਜ ਦਾ ਵੀ ਚਾਹ ਹਰਮਨ ਜੀ ਮੈਨੂੰ ਨਾ ਕੱਲ ਇੱਕ ਸੁਨੇਹਾ ਆਇਆ ਤੇ ਉਹ ਸੁਨੇਹਾ ਮੈਂ ਜ਼ਰੂਰ ਸਾਂਝਾ ਕਰਨਾ ਚਾਹੁੰਨਾ ਜੀ ਕਿਸਾਨ ਆਗੂ ਨੇ ਮਨਜੀਤ ਸਿੰਘ ਧਨੇਰ ਜੀ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕਰਵਾਈ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਭੈਣ ਨੂੰ ਇੱਕ ਬੱਚੀ ਨੂੰ ਹਾਂਜੀ ਮੈਸੇਜ ਆਇਆ ਉਹਦੇ ਵਿੱਚ ਪਹਿਲਾਂ ਤਾਂ ਮੇਰੇ ਖਲ 50 ਜਾਂ 100 ਰੁਪਈਆ ਪਿਆ ਇੱਕਦਮ ਮੈਸੇਜ ਆਇਆ ਤੇ ਇੱਕ ਫਿਰ ਫੋਨ ਆਇਆ ਉਸ ਤੋਂ ਬਾਅਦ ਕਹਿੰਨੇ ਵੀ ਤੁਹਾਡੇ ਪਿਤਾ ਜੀ ਨੇ ਉਹ ਸਾਡੇ ਦੋਸਤ ਆ ਉਹਨਾਂ ਨੇ ਕਿਸੇ ਵੀ ਕੁੜੀ ਦੇ ਖਾਤੇ 'ਚ ਪੈਸੇ ਪਾ ਦਿਓ ਹੂੰ ਤੇ ਤੁਸੀਂ ਮੈਨੂੰ ਆਪਣਾ ਭੇਜੋ ਜੀ ਅਕਾਊਂਟ ਨੰਬਰ ਉਹ ਕਹਿੰਨੇ ਵੀ ਮੈਂ ਸੋਚਿਆ ਵੀ ਸ਼ਾਇਦ ਮੇਰੇ ਪਿਤਾ ਜੀ ਨੇ ਕਿਆ ਹੋਣਾ ਜਾਂ ਪਤਾ ਨਹੀਂ ਕੀ ਗੱਲ ਹੋਣੀ ਹੈ ਲਓ ਜੀ 20000 ਰੁਪਏ ਦਾ ਮੈਸੇਜ ਆ ਗਿਆ ਠੀਕ ਹੈ ਆਪਾਂ ਨੂੰ ਜਦੋਂ ਵੀ ਟੂ ਕਰਕੇ ਮੈਸੇਜ ਆਉਂਦਾ ਆਪਾਂ ਇਉਂ ਥੋੜੀ ਦੇਖਦੇ ਵੀ ਭਾਈ ਮੇਰਾ ਟੋਟਲ ਬੈਲੈਂਸ ਕਿੰਨਾ ਹੋ ਗਿਆ ਇਹ ਕਿਹੜੇ ਪਾਸਿਓਂ ਆਏ ਆ 20000 ਗਿਆ 5000 ਗਿਆ 2000 ਆ ਗਿਆ 10000 ਗਿਆ ਇਹ ਆਪਾਂ ਬਸ ਇੰਨਾ ਹੀ ਵੇਨੇ ਆ ਹਮ ਲੋ ਜੀ ਉਸ ਤੋਂ ਬਾਅਦ ਇਸ ਕੁੜੀ ਨੇ ਗੱਲ ਕਹੀ ਵੀ ਭਾਈ ਮੇਰੇ ਪਿਤਾਈ ਦਾ ਨਾਂ ਕੀ ਆ ਹਮ ਉਹਨੇ ਇਨਕੁਆਰੀ ਕੀਤੀ ਉਹ ਕਹਿੰਦੇ ਜੀ ਫਲਾਣਾ ਕਹਿੰਦੀ ਮੇਰੇ ਤਾਂ ਪਿਤਾ ਹੀ ਨਹੀਂ ਗੇ ਹਮ ਕਹਿੰਦੇ ਓਹੋ ਸੌਰੀ ਸੌਰੀ ਸਾਨੂੰ ਤੁਸੀਂ ਇਸ ਖਾਤੇ ਦੇ ਵਿੱਚ ਵਾਪਸ ਪੈਸੇ ਭੇਜ ਦਿਓ ਅੱਛਾ ਜੀ ਉਹ ਕਹਿੰਦੀ ਮੈਂ ਭੇਜ ਦੂੰ ਮੈਨੂੰ ਆਧਾਰ ਕਾਰਡ ਮੈਨੂੰ ਪੈਨ ਕਾਰਡ ਮੈਨੂੰ ਆਈ ਐਫ ਸੀ ਕੋਡ ਮੈਨੂੰ ਆਪਦਾ ਸਾਰਾ ਵੇਰਵਾ ਦੇ ਦਿਓ ਬਹੁਤ ਖੂਬ ਬੈਂਕ ਦਾ ਸਾਰਾ ਵੇਰਵਾ ਦੇ ਦਿਓ ਮੈਂ ਤੁਹਾਨੂੰ ਹੁਣੇ ਪੈਸੇ ਭੇਜ ਦਿੰਨੀ ਆ ਵਾਪਸ 20000 ਫਿਰ ਫੋਨ ਕੱਟ ਗਿਆ ਫਿਰ ਉਸ ਕੁੜੀ ਨੇ ਧਿਆਨ ਨਾਲ ਦੇਖਿਆ ਉਹ ਬੈਂਕ ਦੇ ਵੱਲੋਂ ਮੈਸੇਜ ਹੀ ਨਹੀਂ ਸੀ ਉਹ ਜਿਹੜੇ ਇਹੋ ਜਿਹੇ ਲੋਕ ਆ ਠੱਗੀ ਮਾਰਨ ਵਾਲੇ ਉਹਨਾਂ ਨੇ ਆਪਣਾ ਹੀ ਇੱਕ ਮੈਸੇਜ ਬਣਾਇਆ ਹੋਇਆ ਵੀ ਜਿਵੇਂ ਕੋਈ ਮੈਂ ਬਣਾ ਕੇ ਮੈਸੇਜ ਤੁਹਾਨੂੰ ਭੇਜਦਾ ਵੀ ਤੁਹਾਡੇ ਖਾਤੇ 'ਚ 50000 ਆ ਗਿਆ ਫਿਰ ਮੈਂ ਕਹਾਂ ਜੀ ਕਿ ਤੁਹਾਨੂੰ ਗਲਤ ਆ ਗਿਆ ਮੈਨੂੰ ਵਾਪਸ ਭੇਜ ਦਿਓ ਹੂੰ ਉਹ ਟੋਟਲ ਬੈਲੈਂਸ ਵੀ ਹੈ ਨਹੀਂ ਸੀਗਾ ਕਿਉਂਕਿ ਉਹਨਾਂ ਨੂੰ ਕੀ ਪਤਾ ਵੀ ਤੁਹਾਡੇ ਖਾਤੇ 'ਚ ਪਹਿਲਾਂ ਕੀ ਆ ਜੀ ਟੋਟਲ ਬੈਲੈਂਸ ਵੀ ਹੈ ਨਹੀਂ ਸੀ ਬਸ ਉਹਦਾ ਇੱਕ ਮੈਸੇਜ ਬਣਾਇਆ ਹੋਇਆ ਵੀ ਕਦੇ ਉਹਨੂੰ ਭੇਜਤਾ ਕਰਿਆ ਇਹਨੂੰ ਭੇਜਤਾ ਫਿਰ ਫੋਨ ਕਰ ਲਿਆ ਉਹ ਤੁਹਾਨੂੰ ਗਲਤ ਆ ਗਿਆ ਇਧਰ ਮੈਨੂੰ ਭੇਜ ਦਿਓ ਤੁਸੀਂ ਤਾਂ ਅਸਲੀ ਭੇਜੋਗੇ ਨਾ ਉਸ ਕੁੜੀ ਨੇ ਇਹ ਗੱਲ ਕਹੀ ਆ ਕਿ ਭਾਈ ਪੂਰੇ ਪੰਜਾਬ ਦੇ ਵਿੱਚ ਜਾਣਕਾਰੀ ਦਿਓ ਵੀ ਠੱਗ ਆ ਕੁਝ ਵੀ ਕਰ ਰਹੇ ਆ ਤੇ ਬਚੋ ਰਣਾ ਸਾਹਿਬ ਇਹ ਕਿੰਨੀ ਹੈਰਾਨੀ ਵਾਲੀ ਗੱਲ ਆ ਵੀ ਕਿੰਨੇ ਨਵੇਂ-ਨਵੇਂ ਤਰੀਕੇ ਨਾਲ ਠੱਗਾ ਮਾਰ ਲਿਆ ਜਾਂਦਾ ਤੇ ਜੇਕਰ ਤੁਹਾਨੂੰ ਮੈਸੇਜ ਆਉਂਦਾ ਵੀ ਤੁਹਾਡੇ ਖਾਤੇ 'ਚ 5000 ਰੁਪਏ ਗਿਆ 2000 ਰੁਪਏ ਗਿਆ 500 ਪੈ ਗਿਆ 50000 ਰੁਪਏ ਗਿਆ ਹੂੰ ਉਹ ਇਹ ਵੀ ਦੇਖਿਆ ਕਰੋ ਵੀ ਪਹਿਲਾਂ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਸੀ ਜੀ ਇਹ 50000 ਰੁਪਿਆ 10000 ਰੁਪਿਆ ਮਿਲਾ ਕੇ ਹੁਣ ਟੋਟਲ ਕਿੰਨਾ ਬਣ ਗਿਆ ਹੂੰ ਇਹ ਕਿੱਥੋਂ ਆਇਆ ਹੋਇਆ ਕਿਉਂ ਆਇਆ ਹੋਇਆ ਪਹਿਲਾਂ ਆਪਣੇ ਪਿਤਾ ਜੀ ਨੂੰ ਹੀ ਪੁੱਛ ਲਓ ਵੀ ਤੁਸੀਂ ਕਿਸੇ ਬੰਦੇ ਨੂੰ ਕਿਹਾ ਵੀ ਮੇਰੇ ਖਾਤੇ ਦੇ ਵਿੱਚ ਪੈਸੇ ਪਾਉਣੇ ਆ ਜਿਹੜੇ ਵੀ ਰਿਸ਼ਤੇਦਾਰ ਦਾ ਨਾਮ ਲੈ ਕੇ ਤੁਹਾਨੂੰ ਫੋਨ ਆਉਂਦਾ ਵੀ ਫਲਾਣੇ ਨੇ ਮੈਨੂੰ ਕਿਹਾ ਸੀ ਵੀ ਤੁਹਾਡੇ ਖਾਤੇ 'ਚ ਪੈਸੇ ਪਾਉਣੇ ਆ ਉਹਨੂੰ ਪੁੱਛ ਲਓ ਫੋਨ ਕਰਕੇ ਅੱਜ ਕੱਲ ਤਾਂ ਫੋਨ ਨੰਬਰ ਹਰ ਕਿਸੇ ਦੇ ਕੋਲ ਆ ਤੇ ਫੋਨ ਦੀ ਦੂਰੀ ਤੇ ਹਰ ਕੋਈ ਬੈਠਾ ਹੈ ਤੁਸੀਂ ਪਹਿਲਾਂ ਗੱਲ ਪੂਰੀ ਪਤਾ ਕਰੋ ਉਸ ਤੋਂ ਬਾਅਦ ਦੇ ਵਿੱਚ ਔਰ ਵੈਸੇ ਵੀ ਆ ਪਹਿਲਾਂ ਚੱਲਦੇ ਸੀ OTP ਦੱਸ ਦਿਓ ਜੀ ਉਹਦੇ ਨਾਲ ਪੈਸੇ ਨਿਕਲ ਗਏ ਫੇਰ ਆ ਮਿਸਕਾਲਾਂ ਦੇ ਨਾਲ ਵੀ ਨਿਕਲ ਜਾਂਦੇ ਸੀ ਫੇਰ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਬੱਚੇ ਗਏ ਹੋਏ ਨੇ ਪੜਨ ਦੇ ਲਈ ਉਹਨਾਂ ਦਾ ਨਾਮ ਲੈ ਕੇ ਤਾਂ ਫੇਰ ਪੈਸੇ ਨਿਕਲਣ ਲੱਗੇ ਝੂਠੇ ਰਿਸ਼ਤੇਦਾਰ ਬਣ ਕੇ ਪੈਸੇ ਲੈਣ ਲੱਗੇ ਤਾਂ ਉਹ ਨਾ ਠੀਕ ਰਹੋਗੇ ਤੇ ਬੜੀਆਂ ਐਪਾਂ ਪਾਣਾ ਛੇੜਿਆ ਕਰੋ ਹੂੰ ਆਪਾਂ ਕੁਝ ਨਾ ਕੁਝ ਗਲਤ ਪਰ ਬੈੰਨੇ ਆ ਤੇ ਟੀ ਹੋ ਜਾਂਦਾ ਕੰਮ ਬਿਲਕੁਲ ਸਹੀ ਹੈ ਮੈਂ ਤਾਂ ਐਪੂਪ ਨੂੰ ਹੱਥ ਹੀ ਨਹੀਂ ਲਾਉਂਦਾ ਟਾਣਾ ਸਾਹਿਬ ਮੈਂ ਤਾਂ ਆਪ ਨਹੀਂ ਵਰਤਦੀ ਹਾਂ ਮੈਂ ਬਹੁਤ ਟੈਨ ਦੇ ਗੂਗਲ ਪੇ ਬਣਾ ਲਾ ਮੈਨੂੰ ਗੂਗਲ ਪੇ ਭਾਰੀ ਬਾਅਦ ਵਿੱਚ ਮੈਂ ਇਹ ਕਰਨਾ ਇਹ ਕਪੇ ਆ ਕਦੇ ਗੂਗਲ ਪੇਜ ਚ ਪਾਲੋ ਕਰੇ ਕੀਦੇ ਚ ਪਾਲੋ ਜੀ ਉਹਦੇ ਚ ਕਮਾਈ ਜਾਉ ਬਾਅਦ ਕੋ ਪਤਾ ਨਹੀਂ ਕੌਣ ਲੈ ਕੇ ਉੱਟ ਗਿਆ ਹਾਂ ਨਹੀਂ ਇਹ ਬਹੁਤ ਖਤਰਨਾਕ ਚੀਜ਼ਾਂ ਨੇ ਮੈਂ ਤਾਂ ਆਪ ਨਹੀਂ ਇਹ ਸਾਰੇ ਕੰਮ ਕਰਦੀ ਸੋ ਬੱਚੋ ਭਾਈ ਕਿਸੇ ਨੂੰ ਵੀ ਆਪਣੇ ਖਾਤੇ ਦੀ ਜਾਣਕਾਰੀ ਨਾ ਦਿਓ ਡਰ ਲੱਗਦਾ ਬਸ ਗੱਲ ਇੰਨੀ ਆ ਜੀ ਵੀ ਡਰ ਲੱਗਦਾ ਜਦੋਂ ਖਬਰਾਂ ਪੜ੍ਹਦੇ ਆ ਤੇ ਫਿਰ ਐਂ ਲੱਗਦਾ ਵੀ ਯਾਰ ਝਟਕਾ ਐਵੇਂ ਲੱਗਣਾ ਜਾਵੇ ਕਿਤੇ ਹੂੰ ਆਪਣੇ ਅਰਗੇ ਬੰਦੇ ਨੂੰ 10-20 ਹਜ਼ਾਰ ਦਾ ਝਟਕਾ ਲੱਗਾ ਹੋਵੇ ਜੀ ਤੇ 15 ਦਿਨ ਐਵੇਂ ਹੀ ਨਿਕਲ ਜਾਂਦੇ ਆ ਬਿਲਕੁਲ ਬੰਦਾ ਸੋਚੇ ਨਾ ਪਤਾ ਨਹੀਂ ਕੀ ਕਰ ਗਿਆ ਹੁਣ ਮੇਰੇ ਪੈਸੇ ਨਾਲ ਨਾ ਪਤਾ ਨਹੀਂ ਕੀ ਖਾਈ ਜਾਂਦਾ ਹੁਣ ਸਹੀ ਗੱ ਆਪਣੀਆਂ خواہشਾਂ ਮਾਰ-ਮਾਰ ਕੇ ਬੰਦੇ ਨੇ ਪੈਸੇ ਜਮਾ ਕੀਤੇ ਹੁੰਦੇ ਆ ਤੇ ਪਤਾ ਵੀ ਲੱਦਾ ਮਿੰਟ 'ਚ ਕਦੋਂ ਕਿੱਧਰੋਂ ਕਿੱਦਾਂ ਚਲ ਜਾਂਦੇ ਆ ਹਨਾ ਸੋ ਖੈਰ ਬਚਣਾ ਚਾਹੀਦਾ ਤੇ ਆਪਾਂ ਹੁਣ ਚੱਲੀਏ ਟਾਣਾ ਸਾਹਿਬ ਜਾਣਦਾ ਹੋ ਗਿਆ ਜੀ ਵੇਲਾ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਢ 32 ਪਹਚਾਓ ਦੋਵਾਂ ਦੇ ਇਜਾਜ਼ਤ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇ ਸ਼ੈਅ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰੀ ਹੈ ਜੱਜ ਦਾ ਵਿਚਾਰ